जिस रफ्तार नाल आईलैट सेंटर वधे है पंजाब दे विच, उसे रफ्तार नाल पंजाब दा विकास थले गया। ये दो ग्राफ इहदा उल्ट जिहड़ा संबंध है, आईलैट सेंटरां दी गिनती और पंजाब दा जिहड़ा निगार है उहदा स्थापित हो जांदा जे आपां ये दो ग्राफ बना के देख लईए। जिहड़े उत्थे दे स्टूडेंट है जां अपने हत्थ दे स्टूडेंट हैगे ने, की फर्क देखदे हो उहनां दी पढ़ाई दे लैवल दा, जां होर तुहानूं की लग्गिया वी उहनां दा किन्ना क फर्क लगदा इत्थे? जिथे इन्ना ज़्यादा कंपीटिशन हुंदा सी पंजाब च वी, जिहड़ियां मतलब जिहड़ियां यूनिवर्सिटियां दे विच जिहड़ियां सीटां दे जां कॉलेजां दे विच सीटां सी, अज उत्थे इह हालत हो गई है वी कई लोग तां कहिंदे कि 40% दे करीब जिहड़े ने मतलब जिहड़े ने विद्यार्थी घट गए ने। ज्यों ज्यों आईलैट तो वधे जा रहे हैं पर जिहड़ी उचेरी विद्या दे जिहड़े संस्थावां ने उहनां दा घाण हो रहा है, तो ये चीज़ उत्थे नहीं है। फिर आईलैट दी डिग्रियां लैके विकास नहीं हो सकता पंजाब का, जाहिर है कि विकास तो ता ही होगा जिहड़े बंदे मतलब उचेरी विद्या जां काबिल होण दे विकास दे, ते आईलैट करके 90-95% जाके ट्रक चलाने जां टॉयलेट क्लीन करने जां सिक्योरिटी गार्ड बनने, कि असी इह नहीं वी इह बड़ा घटिए काम ने, जे सानू पंजाब च उही काम करने पैण, जे सानू डिग्निटी ऑफ लेबर है तो साडी डिग्निटी ऑफ लेबर कनेडा च जाके जागदी है, तो पंजाब च क्यों नहीं साडी डिग्निटी बनती? ਮੈਂ ਕਿਹਾ ਭਾਈ ਇੱਥੇ ਤਾਂ ਤੁਸੀਂ ਸਾਰੇ ਕੰਮ ਕਰ ਲਓ, ਪੰਜਾਬ 'ਚ ਕਿਉਂ ਨਹੀਂ ਕਰ ਸਕਦੇ? ਉਹ ਕਹਿੰਦਾ ਜੀ ਪੰਜਾਬ ਸਾਨੂੰ ਕੌਣ, ਮਤਲਬ ਖਾਸ ਕਰਕੇ ਜੱਟ ਭਾਈਚਾਰੇ 'ਚ, ਮਤਲਬ ਇਹ ਉਹ ਕਹਿੰਦੇ ਕਹਿੰਦੇ ਜੀ ਆਪਾਂ ਨੂੰ ਇੱਥੇ ਕੌਣ ਜਾਣਦਾ ਕਨੇਡਾ 'ਚ, ਕਹਿੰਦੇ ਪੰਜਾਬ ਤਾਂ ਸਾਡੀ ਟੌਰ ਹੈ। ਹੁਣ ਮੈਂ ਕਿਹਾ ਪੰਜਾਬ ਹੁਣ ਉਲਟ ਹੈ, ਖਾਸ ਕਰਕੇ ਜੱਟਾਂ ਦੀ ਮੈਂ ਗੱਲ ਕਰ ਰਿਹਾ ਵੀ ਇੱਕ ਸੰਭਾਵਨਾ ਘੱਟ ਹੈ ਕਿ ਤੁਹਾਨੂੰ ਪੰਜਾਬ ਦਾ ਹੋ ਸਕਦਾ ਤੁਹਾਡਾ ਕੋਈ ਰਿਸ਼ਤੇਦਾਰ ਨਾ ਬਚਿਆ ਹੋਵੇ, ਕਨੇਡਾ 'ਚ ਤਾਂ ਹੁਣ ਬਹੁਤ ਮੁਸ਼ਕਲ ਹੈ ਕਿ ਤੁਹਾਨੂੰ ਕਦੋਂ ਤੁਹਾਡਾ ਕੋਈ ਪਿੰਡਾਂ ਦੇ ਪਿੰਡ ਬੈਠੇ ਨੇ ਸਾਰੇ, ਅਤੇ ਇਸ ਕਰਕੇ ਜਿਹੜਾ ਇਹ ਆਰਗੂਮੈਂਟ ਹੈਗੀ ਹੈ ਵੀ ਉੱਥੇ ਸਾਨੂੰ ਕੋਈ ਦੇਖਦਾ ਨਹੀਂ ਜਾਂ ਜਾਣਦਾ ਨਹੀਂ, ਇਹ ਹੁਣ ਮਤਲਬ ਜਿਹੜੀ ਹੈ ਅੱਜ ਦੇ ਨਹੀਂ ਚੱਲਦੀ। ਮਤਲਬ ਇਹ ਗੱਲ ਆਪ ਦੇਖੀ ਹੈ ਕਿ ਨੂੰਹਾਂ ਜਿਹੜੀਆਂ ਨੇ ਬਜ਼ੁਰਗਾਂ ਨੂੰ ਮਤਲਬ ਰਾਤ ਨੂੰ ਕਹਿੰਦੇ ਬਾਹਰ ਸੜਕ 'ਤੇ ਅਤੇ ਗੁਰਦੁਆਰੇ ਜਾ ਕੇ ਕਈ ਵਾਰੀ ਉਹਨਾਂ ਨੂੰ ਵਿਚਾਰਿਆਂ ਨੂੰ ਰਾਤ ਵੀ ਕੱਟਣੀ ਪੈਂਦੀ। ਇਹ ਮਤਲਬ ਅਣਸੁਣੀ ਗੱਲ ਨਹੀਂ ਹੈ ਕਨੇਡਾ ਦੇ ਜਿਹੜੇ ਪੁੱਤਾਂ ਲਈ ਤੁਸੀਂ ਕਰ ਰਹੇ ਹੋ, ਜਿਹਨਾਂ ਨਾਲ ਸਾਰਾ ਕੁਝ ਕਰ ਰਹੇ ਹੋ, ਅਤੇ ਬਹੁਤ ਸਾਰੇ ਲੋਕਾਂ ਨਾਲ ਹੋ ਚੁੱਕਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਜ਼ਨ 1469 ਵਿੱਚ ਤੁਹਾਡਾ ਸਵਾਗਤ ਹੈ। ਵਿਸ਼ਵ ਚਿੰਤਕ ਡਾਕਟਰ ਸਵਰਾਜ ਸਿੰਘ ਜੀ, ਜਿਨ੍ਹਾਂ ਦੇ ਨਾਲ ਅਸੀਂ ਕਈ ਵਾਰ ਪਹਿਲਾਂ ਵੀ ਤੁਹਾਨੂੰ ਮਿਲਾ ਚੁੱਕੇ ਹਾਂ, ਅਤੇ ਅੱਜ ਵੀ ਉਹਨਾਂ ਨਾਲ ਆਪਾਂ ਇੱਕ ਜਿਹੜੇ ਉਹ ਖਾਸ ਇੱਕ ਆਪਣਾ ਲੈਕਚਰ ਦੇ ਕੇ ਆਏ ਆ, ਸਾਊਥ ਦੇ ਵਿੱਚ ਗਏ ਸੀ, ਅਤੇ ਉਸ ਸੰਬੰਧ 'ਚ ਗੱਲ ਕਰਨੀ ਉਹਨਾਂ ਦੇ ਨਾਲ, ਕਈ ਵਿਸ਼ਿਆਂ 'ਤੇ ਅਸੀਂ ਗੱਲ ਕਰਦੇ ਰਹੇ, ਕਿਉਂਕਿ ਵਿਸ਼ਵ ਚਿੰਤਕ ਦਾ ਉਹਨਾਂ ਨੂੰ ਜਿਹੜਾ ਹੈ ਇੱਕ ਖਿਤਾਬ ਵੀ ਮਿਲਿਆ ਹੋਇਆ ਹੈ, ਅਤੇ ਹੋਰ ਵੀ ਉਹਨਾਂ ਨੇ ਵਿਸ਼ਵ ਪੱਧਰ 'ਤੇ ਉਹ ਜਾਂਦੇ ਰਹਿੰਦੇ ਨੇ, ਅਤੇ ਇੱਕ ਸਿੱਖ ਚਿੰਤਕ ਦੇ ਤੌਰ 'ਤੇ ਵੀ ਉਹਨਾਂ ਨੂੰ ਜਾਣਿਆ ਜਾਂਦਾ ਹੈ। ਅਤੇ ਅੱਜ ਦਾ ਵਿਸ਼ਾ ਉਹਨਾਂ ਨਾਲ ਸਾਡੇ ਨਾਲ ਪ੍ਰਵਾਸ 'ਤੇ ਵੀ ਕਈ ਵਾਰ ਗੱਲ ਕੀਤੀ ਹੈ, ਅੱਜ ਦਾ ਵਿਸ਼ੇ ਦੇ ਵਿੱਚ ਪ੍ਰਵਾਸ ਦੀ ਗੱਲ ਵੀ ਹੋਏਗੀ, ਅਤੇ ਨਾਲ ਜਿਹੜਾ ਹੈਗਾ ਸਾਡੇ ਸਾਊਥ ਔਰ ਨੌਰਥ ਦੀ ਜਿਹੜੀ ਉਹ ਜਿਹੜਾ ਤੁਲਨਾ ਹੈ ਉਹ ਵੀ ਅੱਜ ਉਹ ਕਰਨਗੇ ਵੀ ਸਾਡੇ ਜਿਹੜੇ ਵਿਦਿਆਰਥੀ ਹੈ, ਕਿਉਂਕਿ ਯੂਨੀਵਰਸਿਟੀ ਦੇ ਵਿੱਚ ਗਏ ਸੀ ਅਤੇ ਉੱਥੇ ਦੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਜਾਂ ਉਸ ਦਾ ਜਿਹੜਾ ਔਰਾ ਸੀ ਜੋ ਉਹਨਾਂ ਨੇ ਗ੍ਰਹਿਣ ਕੀਤਾ ਅਤੇ ਜੋ ਉਹਨਾਂ ਨੂੰ ਲੱਗਿਆ ਉਹਦੇ ਬਾਰੇ ਉਹ ਅੱਜ ਉਹਨਾਂ ਨਾਲ ਗੱਲ ਕਰਾਂਗੇ। ਅਤੇ ਉਹ ਗਏ ਸੀ ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਦੇ ਵਿੱਚ, ਜਿੱਥੇ ਉਹਨਾਂ ਦਾ ਵਿਸ਼ੇਸ਼ ਲੈਕਚਰ ਸੀ, ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਇੱਥੋਂ ਪਟਿਆਲੇ ਤੋਂ ਬੁਲਾਇਆ ਗਿਆ ਸੀ। ਆਪਾਂ ਗੱਲ ਕਰਦੇ ਹਾਂ, ਪਹਿਲਾਂ ਉਹਨਾਂ ਨਾਲ ਫਤਿਹ ਦੀ ਸਾਂਝ ਕਰ ਲੈਂਦੇ ਹਾਂ, ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ। ਹਾਂਜੀ ਸਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕੀ ਫਤਿਹ। ਅਤੇ ਤੁਹਾਨੂੰ ਜਿਹੜਾ ਸਾਊਥ ਦੇ ਵਿੱਚ ਬੁਲਾਇਆ ਮੌਲਾਨਾ ਆਜ਼ਾਦ ਨੈਸ਼ਨਲ ਯੂਨੀਵਰਸਿਟੀ ਦੇ ਵਿੱਚ, ਤੁਹਾਡਾ ਸੰਪਰਕ ਕਿਵੇਂ ਬਣਿਆ? ਪਹਿਲਾਂ ਤਾਂ ਇਹ ਪੁੱਛਾਂਗੇ, ਅਤੇ ਕਿਸ ਵਿਸ਼ੇ 'ਤੇ ਉਹਨਾਂ ਨੇ ਤੁਹਾਡੇ 'ਤੇ ਜਿਹੜੀ ਹੈ ਜਿਹੜੀ ਉੱਥੇ ਗੱਲਬਾਤ ਤੁਸੀਂ ਕੀਤੀ ਹੈ ਜਾਂ ਲੈਕਚਰ ਦਿੱਤਾ ਹੈ? ਦੇਖੋ, ਜਿਹੜੇ ਉਹ ਹੈਦਰਾਬਾਦ 'ਚ ਹੈ ਜੀ ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ, ਅੱਛਾ ਜੀ, ਜਿਹੜੇ ਉਹਨਾਂ ਦੇ ਇਸਲਾਮਿਕ ਡਿਪਾਰਟਮੈਂਟ ਦੇ ਹੈੱਡ ਨੇ ਡਾਕਟਰ ਮੁਹੰਮਦ ਹਬੀਬ, ਅੱਛਾ, ਉਹ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਸਲਾਮਿਕ ਡਿਪਾਰਟਮੈਂਟ ਦੇ ਹੈੱਡ ਸੀਗੇ, ਅੱਛਾ ਅੱਛਾ, ਅਤੇ 2011 'ਚ ਉਹਨਾਂ ਨੇ ਮੇਰਾ ਇੱਕ ਲੈਕਚਰ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਕਰਾਇਆ ਸੀ, ਇਸਲਾਮ ਐਂਡ ਟੈਰਰਿਜ਼ਮ, ਅੱਛਾ, ਇਸਲਾਮ ਅਤੇ ਦਹਿਸ਼ਤ, ਅਤੇ ਉਹ ਮਤਲਬ ਜਿਹੜਾ ਉਹ ਬਹੁਤ ਲੋਕਾਂ ਨੇ ਪਸੰਦ ਕੀਤਾ ਕਿ ਮਤਲਬ ਜਿਹੜਾ ਵੀ ਇਸਲਾਮ ਨੂੰ ਗਲਤ ਢੰਗ ਨਾਲ ਜਿਹੜਾ ਜਿਹੜੇ ਪੱਛਮੀ ਦੇਸ਼ ਅਸਲ ਦੇ ਵਿੱਚ ਉਹ ਮਤਲਬ ਜਿਹੜੇ ਨੇ ਟੈਰਰਿਜ਼ਮ ਨੂੰ ਪ੍ਰਮੋਟ ਕਰਦੇ ਨੇ ਕਿਸੇ ਨਾ ਕਿਸੇ ਰੂਪ 'ਚ, ਪਰ ਜਿਹੜਾ ਦੋਸ਼ ਜਿਹੜਾ ਇਸਲਾਮ ਨੂੰ ਮਤਲਬ ਦਿੰਦੇ ਆ। ਤਾਂ ਇਹ ਲੈਕਚਰ ਬੜਾ ਇੱਥੇ
अच्छा लग्या तो उन्होंने फिर जो जाके हूँ उत्थे दे बने तो क्योंकि मैं जानते सी तो उन्होंने दसिया कि वो लैक्चर बड़ा एक विशा से बड़ा उस वेले क्योंकि बड़ी गल चल रही थी कि मुसलमानों अक्सर टैररिज्म जोड़ के देखा जाता सगा तो मेरे ए इस विषय से मेरे तो गल करा नहीं और इन्नी ज़्यादा कामयाब हुई तो जो उन्होंने ये दसिया तो उन्होंने कहा भी साढ़े दो लैक्चर दे दें जी एक हैगा भी इस्लाम दी भारतीय उपमहाद्वीप नूं की देना है कंट्रीब्यूशन ऑफ इस्लाम टू द इंडियन सब कॉन्टीनेंट तो दूसरा सगा कि रोल ऑफ इस्लाम इन द करंट वर्ल्ड सिनेरियो अज के विश्व दृश्य के इस्लाम की की भूमिका है दो लैक्चर देने से पर क्योंकि असी जिहड़ा एक समय की कोई समस्या सी कि मैं जिहड़ा गया सीगा वो असी जिहड़ा सितंबर 3 जिहड़ा हैगा वो गुरु गोबिंद सिंह जी नंदेड़ दे विच जिहड़ा गोदावरी के कंढे बाबा बंदा सिंह बहादुर नाल 1708 सितंबर 3 उन्हां दा मिलाप होया तो वो मिलाप दिवस जिहड़ा मनाया जांदा है तो वो असी इत्थों पंजाब तो जत्था लैके अच्छा तो वो असी पिछले कई सालों तो जाते हैं वो दिन मनाउण मिलाप दिवस मनाउण नंदेड़ दे विच तो मैं उन्होंने कहा सी कि भी मैं उत्थे होना ही है नंदेड़ तो कोई दूर नहीं है हैदराबाद तो मैं कहा भी चलो मैं उत्थे आया उत्थे भी चले जावांगा तो फिर उन्होंने कोई चल रहे थे एग्जाम तो कहते भी ये साडा टाइम बड़ा फिर तो दो लैक्चर उन्होंने फिर चलो कट्ठे कर दो तो एक लैक्चर जरा भी उधरों वेले हो के मतलब तुम भी 3 तो बाद 7 नू मेरा उत्थे लैक्चर से तो इस करके दो विषयों को इकट्ठे किया गया है बिल्कुल एक जरा मिलाप दिवस की जी गल की थोड़ा जहाँ भी जथा तुम कदों तो लैके जाते जी उत्थे ये जी पिछले मैनू ये मतलब हो तो होर काफ़ी लंबे समय तो लैके जाते हैं पर पिछले 11-12 साल तो मैं ये मतलब अच्छा हर साल जाते हाँ तकरीबन हर साल तकरीबन अच्छा तुम हूँ आप गल करते जो लैक्चर देख के आए हैं जो लैक्चर दिता तो उत्थे का जो ऑब्जर्व किया इतने जो है अपने स्टूडेंट का या पंजाब का ज हैदराबाद का ज साउथ का ज नॉर्थ का की फर्क देखते हो देखो मैं ना पहली बार 1970 गया सीगा अच्छा हैदराबाद मैं सारे दक्कन च गया सीगा अच्छा मैं मद्रास भी रामेश्वरम तक मैं श्रीलंका तक गया 1970 मैं सारे मतलब हाँ जी साउथ चो लंघ के गया सारे तो उस तो बाद मैं लगातार जाता रहा हाँ जी दक्कन दे विच तो मैं की देखा जो मेरी मोटे तौर पर जी ऑब्जरवेशन है कि जो मैं पहली बार गया तो मैं लगा कि पंजाब बहुत अगे है उन्होंने अच्छा पंजाब बहुत विकसित है पर जो जो मैं गया मैं देखा कि वो हौली 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 विकास उत्थे ज़्यादा तेज़ हो रहा साडा घट गया तो हूँ मतलब कोई ज़्यादा शक दे गुंजाइश नहीं है कि वो बहुत अगे लंघ है साढ़े और कला मेरा प्रभाव नहीं है ये जी अंकड़े भी ने कि पंजाब जरा उस वेले जो पर कैपिटल इनकम से ही है जी प्रति आमदन है तो समाजिक विकास सूचक है तो ह्यूमन जो मनुखी विकास या समाजिक विकास का सू ह्यूमन डिवेलपमेंट इंडैक्स भी कई सोशल डिवेलपमेंट इंडैक्स वगैरह ये शब्द वरते जाते हैं तो उद्देश पंजाब लीड कर रहा है तो हूँ ये पछड़ चुका है तो मेरा मतलब मेरे कले प्रभाव नहीं भी जी तब्दीली आई है वो अंकड़े भी उन्होंने सपोर्ट कर रहे हैं मतलब पुष्टि कर रहे हैं कि जरा तुलनात्मक तौर पर वो जोड़े ने विकास कर रहे हैं तो असं पिछे जाई जाने अच्छा हूँ हैदराबाद जोड़ा है एक बहुत वड्डा शहर है हूँ हैदराबाद दो चीज़ा ने एक तो सवाल एक तो मतलब साउथ की गल एक मतलब यूनिवर्सिटी के स्टूडेंट आप दोनों मतलब संबोधित करा भी तुम हैदराबाद देखो कि हैदराबाद शहर के जोड़ा उन्होंने एयरपोर्ट जोड़ा है हूँ मैं बहुत दुनिया जाने का बहुत सारे देशों जाने का मौका मिले जिन्ना उन्होंने एयरपोर्ट मतलब लगता एडवांस्ड मैनू तो दुनिया बहुत घट एयरपोर्ट उस पद्धर लगता है इन्नी ज़्यादा टेक्नोलॉजी भी एडवांस है सफाई के हर पक्षों
ਕਿ ਜਿਸ ਤਰ੍ਹਾਂ ਉੱਥੇ ਜੇ ਚੈੱਕ ਇਨ ਕਰਨਾ ਉਹਨੂੰ ਕਿਸੇ ਹੋਰ ਏਅਰਪੋਰਟ ਮੈਂ ਨਹੀਂ ਦੇਖਿਆ, ਉਹ ਮਤਲਬ ਏਅਰਪੋਰਟ ਵੜਨ ਤੋਂ ਪਹਿਲਾਂ ਹੀ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਤੁਹਾਡੇ ਸਾਰਾ ਨਿਬੇੜ ਦਿੰਦੇ ਆ, ਮਤਲਬ ਉਹਨਾਂ ਕੋਲ ਇੰਨੀ ਟੈਕਨੋਲੋਜੀ ਹੈ ਤੁਹਾਡੀ ਉੱਥੇ ਹੀ, ਉਹ ਉੱਥੇ ਤੁਹਾਨੂੰ ਉਹ ਦੇ ਦਿੰਦੇ ਬੋਰਡਿੰਗ ਪਾਸ ਵਗੈਰਾ ਸਾਰਾ ਕੁਛ, ਅਤੇ ਉੱਥੇ ਤੁਹਾਡੀ ਫੋਟੋ ਖਿੱਚ, ਸਿਕਿਉਰਿਟੀ ਵੀ ਤਕਰੀਬਨ ਉੱਥੇ ਹੀ ਹੋ ਜਾਂਦੀ ਹੈ ਸਾਰਾ ਕੁਛ ਜਦੋਂ ਤੁਸੀਂ ਏਅਰਪੋਰਟ ਅੰਦਰ ਵੀ ਨਹੀਂ ਗਏ। ਤਾਂ ਇਹ ਚੀਜ਼ ਮੈਂ ਕਿਤੇ ਦੁਨੀਆ ਨਹੀਂ ਦੇਖੀ, ਔਰ ਫਿਰ ਇੰਨੀ ਸਫਾਈ, ਇੰਨਾ ਹਰ ਪੱਧਰ ਤੋਂ ਬਹੁਤ ਵਿਕਸਿਤ ਹੈ। ਅੱਛਾ, ਫਿਰ ਐਤਕੀ ਅਸੀਂ ਹੋਰ ਚੀਜ਼ ਦੇਖੀ, ਹੈਦਰਾਬਾਦ ਤੋਂ 70-35 ਕਿਲੋਮੀਟਰ ਹੈ ਜਿਹੜਾ ਏਅਰਪੋਰਟ ਜਿਹੜਾ ਹੈਗਾ ਸ਼ਹਿਰ ਤੋਂ, ਅਤੇ ਇੱਕ ਉੱਥੇ ਬਹੁਤ ਵੱਡੀ ਚੀਜ਼ ਹੈ, ਉਹ ਹੈਗੀ ਰਾਮੋਜੀ ਫਿਲਮ ਸਿਟੀ। ਅੱਛਾ, ਸਟੂਡੀਓ ਹੈ। ਹੁਣ ਇਹ 70 ਕਿਲੋਮੀਟਰ ਦੂਰ ਹੈ ਹੈਦਰਾਬਾਦ। ਹੁਣ ਪਿਛਲੀ ਵਾਰੀ ਅਸੀਂ ਗਏ ਹਾਂ ਹੈਦਰਾਬਾਦ ਪਿਛਲੇ, ਤਾਂ ਉਦੋਂ ਇਹ ਕਹਿੰਦੇ ਸੀ ਕਿ ਏਸ਼ੀਆ ਦਾ ਸਭ ਤੋਂ ਵੱਡਾ ਸਟੂਡੀਓ ਹੈ, ਲੇਕਿਨ ਇਸ ਵਾਰੀ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਇੱਕ ਗਿਨਸ ਬੁੱਕ ਆਫ ਵਰਲਡ ਰੈਕਡ, ਉਹਦੇ ਅਨੁਸਾਰ ਦੁਨੀਆ ਦਾ ਸਭ ਤੋਂ ਵੱਡਾ ਫਿਲਮ ਸਟੂਡੀਓ ਹੈਗਾ, 1664 ਏਕੜ ਦੇ ਵਿੱਚ ਬਣਿਆ ਹੋਇਆ। ਔਰ ਤੁਸੀਂ ਦੇਖੋ, ਹਰ ਇੱਕ ਇਤਫਾਕ ਦੀ ਗੱਲ ਹੈ ਕਿ ਅਸੀਂ ਉੱਥੋਂ ਆਏ ਹਾਂ ਅਤੇ ਇੱਥੇ ਉਹ ਚੱਲ ਰਹੇ ਸੀ ਵੀ ਭਗਵਾਨ ਆਪਣੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਉਹਨਾਂ ਨੇ ਚਲਾਇਆ ਸੀ ਵੀ ਇੱਕ ਕੀਤੀ ਆ ਵੀ ਪੰਜਾਬ ਦਾ ਜਿਹੜਾ ਟੂਰਿਜ਼ਮ ਪ੍ਰਮੋਟ ਕਰਨ ਲਈ ਹੁਣੇ, ਬਿਲਕੁਲ। ਤਾਂ ਉਹਦੇ 'ਚ ਉਹਨਾਂ ਨੂੰ ਵੀ ਜਿਹੜਾ ਸੱਦਾ ਦਿੱਤਾ ਗਿਆ ਵੀ ਰਾਮੋ ਜੀ ਜਿਹੜਾ ਸਟੂਡੀਓ ਵਾਲਿਆਂ ਨੂੰ, ਤਾਂ ਕਿ ਕਿਉਂਕਿ ਪੰਜਾਬ ਗੌਰਮੈਂਟ ਸਰਕਾਰ ਵੀ ਚਾਹੁੰਦੀ ਹੈਗੀ ਕਿ ਇੱਥੇ ਵੀ ਫਿਲਮ ਸਿਟੀ ਡਿਵੈਲਪ ਕੀਤਾ ਜਾਵੇ। ਤਾਂ ਮੇਰਾ ਮਤਲਬ ਇੱਕ ਇਤਫਾਕ ਹੋ ਗਿਆ ਕਿ ਉੱਥੇ ਅਸੀਂ ਹੁਣੇ ਦੇਖ ਕੇ ਆਏ। ਤਾਂ ਅੱਛਾ, ਫਿਰ ਇੱਕ ਹੋਰ ਚੀਜ਼ ਜਿਹੜੀ ਵਿਕਾਸ, ਇੱਕ ਤਾਂ ਤੁਸੀਂ ਦੇਖੋ ਵੀ ਇਸ ਪੱਧਰ ਦਾ ਏਅਰਪੋਰਟ ਹੈ, ਇਸ ਪੱਧਰ ਦਾ ਜਿਹੜਾ ਹੈਗਾ ਫਿਲਮ ਸਿਟੀ ਸਟੂਡੀਓ, ਦੁਨੀਆ ਦੇ ਮਤਲਬ ਲੀਡ ਕਰ ਰਹੇ ਨੇ ਮਤਲਬ। ਅੱਛਾ, ਫਿਰ ਜਿਹੜੇ ਵੀ ਤੁਸੀਂ ਦੇਖੋ 35 ਕਿਲੋਮੀਟਰ ਸੜਕ ਏਅਰਪੋਰਟ ਜਾਣਾ ਹੈਗਾ, 70 ਕਿਲੋਮੀਟਰ ਅਸੀਂ ਉਹ ਸਟੂਡੀਓ ਫਿਲਮ ਸਿਟੀ ਸਟੂਡੀਓ ਦੇਖਾਂਗੇ। ਹੁਣ ਤੁਸੀਂ ਘੱਟੋ ਘੱਟ, ਮੈਂ ਨਹੀਂ ਕਿਤੇ ਦੁਨੀਆ 'ਚ ਮਤਲਬ ਇੰਨੀ ਦੁਨੀਆ ਦੇਸ਼ ਮੈਂ ਦੇਖੇ ਆ ਕਿ ਜਿਹੜਾ ਹਾਈਵੇ ਹੈਗਾ ਜਿਹੜਾ ਸ਼ਹਿਰ ਤੋਂ ਉੱਥੇ ਤੱਕ ਜਾਂਦਾ ਹੈ, ਉਹਦੀ ਜਿਹੜੀ ਸਾਫ਼ ਸਫਾਈ ਔਰ ਸੰਭਾਲ ਹੈ, ਸਾਂਭ ਸੰਭਾਲ ਹੈ, ਉਹ ਇੱਦਾਂ ਦੀ ਕਿਤੇ ਨਹੀਂ ਮੈਂ ਦੇਖੀ। ਕਿ ਠੀਕ ਹੈ, ਦਿੱਲੀ ਵੀ ਹੈ, ਚੰਡੀਗੜ੍ਹ ਵੀ, ਏਅਰਪੋਰਟ ਦੇ ਜਿਹੜੀਆਂ ਸੜਕਾਂ ਜਾਂਦੀਆਂ ਨੇ, ਦੋ ਚਾਰ ਕਿਲੋਮੀਟਰ ਬੜੀ ਸੋਹਣੀਆਂ, ਦਿੱਲੀ ਦੇ ਵਿੱਚ ਵੀ, ਚੰਡੀਗੜ੍ਹ ਵੀ, ਕਈ ਸ਼ਹਿਰਾਂ 'ਚ ਹੈ ਵੀ 1-2-3-4 ਕਿਲੋਮੀਟਰ ਤੱਕ ਬੜੀ ਸੋਹਣੀ ਸਫਾਈ ਸਾਂਭ, ਲੇਕਿਨ 70 ਕਿਲੋਮੀਟਰ ਜਾਂ 35 ਕਿਲੋਮੀਟਰ ਕਿਸੇ ਸੜਕ ਨੂੰ ਇਸ ਤਰ੍ਹਾਂ ਦਾ ਦੇਖਿਆ, ਇਹ ਕਿਉਂਕਿ ਤੁਸੀਂ ਇੱਦਾਂ ਲੱਗਦਾ ਵੀ ਇੱਕ ਇੱਕ ਜਿੱਦਾਂ ਉਸਦਾ ਵੀ ਇੰਨੀ ਜ਼ਿਆਦਾ ਮਤਲਬ ਉੱਥੇ ਜਿਹੜੇ ਫੁੱਲ ਬੂਟਿਆਂ ਦੀ ਫਿਰ ਕਟਿੰਗ ਹਰ ਇੱਕ ਪੱਖੋਂ, ਮਤਲਬ ਇੰਨੀ ਮੇਨਟੇਨੈਂਸ ਇੰਨੀ ਹੈ, ਹੈਂਜੀ, ਕਿ ਜਿਸ ਤਰ੍ਹਾਂ ਕਿ ਵਧੀਆ ਬਾਗ ਦੇ ਵਿੱਚ ਕਿਸੇ ਨੇ ਕੀਤੇ ਹੋਏ। ਤਾਂ ਇਹ ਵੀ ਉਹਨਾਂ ਦੀ। ਅੱਛਾ, ਫਿਰ ਇੱਕ ਹੋਰ ਚੀਜ਼ ਹੈ ਕਿ ਜਦੋਂ ਦੀ ਹੈਦਰਾਬਾਦ ਦਾ ਜਿਹੜਾ ਨਵਾਂ ਬਣ ਰਿਹਾ, ਜੇ ਇਹ ਹਾਈਵੇ ਦੇ ਜਿਹੜਾ ਨਵਾਂ ਸ਼ਹਿਰ ਬਣ ਰਿਹਾ, ਹੈਂਜੀ, ITCT ਦਾ, ਇਨਫੋਰਮੇਸ਼ਨ ਟੈਕਨੋਲੋਜੀ ਦਾ ਬਹੁਤ ਵੱਡਾ ਸੈਂਟਰ ਹੈ ਹੈਦਰਾਬਾਦ, ਤਾਂ ਉਹਨੂੰ ITCT ਕਹਿੰਦੇ ਨੇ ਜਿਹੜਾ ਨਵਾਂ ਬਣ। ਹੁਣ ਉਹ ਇਹ ਜਿਹੜੇ ਹਾਈਵੇ ਨੇ ਇਹਦੇ ਦੁਆਲੇ ਜਿਹੜੇ ਨਵੀਆਂ ਬਿਲਡਿੰਗਾਂ ਬਣ ਰਹੀਆਂ, ਉਹਨਾਂ ਦਾ ਜਿਹੜਾ ਪੱਧਰ ਹੈ ਬਿਲਡਿੰਗਾਂ ਦਾ, ਇਹ ਤੁਹਾਨੂੰ ਮਤਲਬ ਕਿਤੇ ਹੋਰ ਹਿੰਦੁਸਤਾਨ 'ਚ ਨਹੀਂ ਦਿਸਦਾ। ਠੀਕ ਹੈ, ਦਿੱਲੀ ਜਾਂ ਦੂਜੇ ਬੰਬੇ ਜਾਂ ਹੋਰ ਵੱਡੇ ਸ਼ਹਿਰਾਂ 'ਚ 1-2 ਵਧੀਆ ਬਿਲਡਿੰਗਾਂ ਹੁੰਦੀਆਂ ਨੇ, ਚੰਗੀਆਂ ਬਿਲਡਿੰਗਾਂ ਕੁਛ ਹੁੰਦੀਆਂ, ਲੇਕਿਨ ਪੂਰੇ ਦਾ ਪੂਰਾ ਸ਼ਹਿਰ ਜਿਹੜਾ ਨਵਾਂ ਡਿਵੈਲਪ ਹੋ ਜਾਵੇ, ਸਾਰੀਆਂ ਦੇ ਸਾਰੀਆਂ ਬਿਲਡਿੰਗਾਂ ਇਸ ਪੱਧਰ ਦੀਆਂ ਹੋਣ। ਅਤੇ ਮੈਂ ਤਾਂ ਇਹ ਕਹਿੰਦਾ ਹੁੰਦਾ ਕਿ ਮੈਂ ਪਿਛਲੇ ਸਾਲ ਵੀ ਮੈਂ ਗਿਆ ਤਾਂ ਮੈਨੂੰ ਇਹੀ ਪ੍ਰਭਾਵ ਪਿਆ, ਐਤਕੀ ਫਿਰ ਪਿਆ। ਮੈਂ ਕਿਹਾ ਵੀ ਜੇ ਤੁਹਾਨੂੰ ਇਹ ਹਾਈਵੇ, ਹਾਂਜੀ, ਅਤੇ ਉਹਦੇ 'ਤੇ ਕੰਢੇ ਬਣੀਆਂ ਬਿਲਡਿੰਗਾਂ, ਉਹ ਕਿਸੇ ਬੰਦੇ ਨੂੰ ਦਿਖਾਈਆਂ ਜਾਣ, ਤਾਂ ਉਹਨੂੰ ਪੁੱਛਿਆ ਤੁਸੀਂ ਕਿੱਥੇ, ਇਹ ਕਿੱਥੇ ਦੀ ਹੈ? ਮੈਂ ਹੁਣ ਇੰਨੇ ਦੁਨੀਆ ਮੈਂ ਨਹੀਂ ਕਹਿ ਸਕਦਾ ਵੀ ਇਹ ਹਿੰਦੁਸਤਾਨ ਹੈ, ਮੈਨੂੰ, ਮੈਂ ਤਾਂ ਘੱਟੋ ਘੱਟ ਮੇਰੇ, ਕਿਉਂਕਿ ਮੈਂ ਇੰਨੀ ਦੁਨੀਆ ਘੁੰਮਿਆ, ਮੈਂ ਕਹਾਂਗਾ ਮੈਂ ਜਾਂ ਜਪਾਨ ਦੇ ਵਿੱਚ ਹਾਂ, ਜਾਂ ਮੈਂ ਸਾਊਥ ਕੋਰੀਆ ਦੇ ਵਿੱਚ ਹਾਂ, ਜਾਂ ਮੈਂ ਸਿੰਗਾਪੁਰ ਦੇ ਵਿੱਚ ਹਾਂ, ਜਾਂ ਮਲੇਸ਼ੀਆ ਕੁਆਲਾ ਲੰਪੁਰ ਦੇ ਵਿੱਚ, ਵੀ ਇਹੋ ਜਿਹੀ ਬਿਲਡਿੰਗਾਂ, ਇਹੋ ਜਿਹੀਆਂ ਸੜਕਾਂ ਮੈਨੂੰ ਉੱਥੇ ਹੀ ਦਿਸਣਗੀਆਂ। ਵੀ ਘੱਟੋ ਘੱਟ ਮੈਨੂੰ ਨੇ ਉਹ ਉਹਨਾਂ ਉਹ ਦੇਖ ਕੇ ਨੇ ਮੈਨੂੰ ਉਹ ਦਿਖਾਇਆ ਜਾਵੇ ਦ੍ਰਿਸ਼ ਜਿਹੜਾ, ਅਤੇ ਮੈਂ ਨਹੀਂ ਪਛਾਣਾਂਗਾ ਵੀ ਇਹ ਹਿੰਦੁਸਤਾਨ ਹੈ। ਤੂੰ ਕਹਿਣ ਦਾ ਭਾਵ ਇੰਨੀ ਜ਼ਿਆਦਾ ਉੱਥੇ ਜਿਹੜੀ ਹੈ ਵਿਕਾਸ ਹੋਇਆ ਹੈ। ਪੰਜਾਬ ਨੂੰ ਫਿਰ ਤੁਲਨਾ ਜੇ ਆਪਾਂ ਕਰੀਏ, ਪੰਜਾਬ ਜੇ ਕਹਿੰਦੇ ਵੀ ਬਹੁਤ ਪਿੱਛੇ ਚਲਾ ਗਿਆ, ਜੇ 70 ਦੇ ਵਿੱਚ ਕਹਿੰਦੇ, ਤੁਸੀਂ ਕਹਿੰਦੇ ਅੱਗੇ ਸੀ, ਅੱਗੇ ਬਹੁਤ ਅੱਗੇ ਸੀ, ਕੀ ਕਾਰਨ ਬਣੇ ਵੀ ਪੰਜਾਬ ਦੇ? ਦੇਖੋ, ਮੈਂ ਇਹ ਸੋਚਿਆ ਵੀ ਕਿਹੜੀ ਚੀਜ਼ ਹੈ, ਕਿਸ ਚੀਜ਼ ਤੋਂ ਪੰਜਾਬ ਜਿਹੜਾ, ਮੈਂ ਸੋਚਿਆ ਤਾਂ ਮੈਨੂੰ ਇੱਕ ਚੀਜ਼ ਇਹਨੇ ਨਜ਼ਰ ਆਈ ਕਿ ਪੰਜਾਬ 'ਚ ਇਸ ਪੀਰੀਅਡ ਦੇ ਵਿੱਚ ਪ੍ਰਵਾਸ ਬਹੁਤ ਵਧਿਆ 1970 ਤੋਂ ਬਾਅਦ,
ਪਰ ਆਜ ਤਾਂ 100 ਸਾਲ ਹੋ ਗਿਆ, ਉਸ ਤੋਂ ਵੀ ਪਹਿਲਾਂ ਮਤਲਬ ਜੋ ਇਤਿਹਾਸ ਜਾਈਏ ਕਿਸੇ ਨਾ ਕਿਸੇ, ਪਰ ਜੋ ਅਸਲੀ ਪ੍ਰਵਾਸ ਜਿਹੜਾ ਹੈਗਾ 70 ਤੋਂ ਬਾਅਦ ਵਧਿਆ, 1970 ਜਦੋਂ ਮੈਂ ਉੱਥੇ ਗਿਆ ਪਹਿਲੀ ਵਾਰੀ, ਉਸ ਤੋਂ ਬਾਅਦ ਹੀ ਪ੍ਰਵਾਸ ਤੁਸੀਂ ਸ਼ੁਰੂ ਕੀਤਾ ਫਿਰ ਇਹ? ਹਾਂਜੀ ਤੁਸੀਂ ਸ਼ੁਰੂ ਕੀਤਾ ਹੈ? ਤੁਸੀਂ ਕੀ ਕਿਹਾ? ਮੈਂ ਕਿਹਾ ਤੁਸੀਂ ਸ਼ੁਰੂ ਕੀਤਾ ਨਾ, ਤੁਸੀਂ 70 'ਚ ਗਏ? 70 ਮਤਲਬ ਮੇਰੇ ਉਹ ਪੀਰੀਅਡ ਹੀ ਇਹੋ ਜਿਹਾ ਸੀਗਾ ਨਾ, ਉਹ ਸਮਾਂ ਸੀ ਇਤਿਹਾਸ ਦੇ ਵਿੱਚ ਕਿ ਉਦੋਂ, ਕਿਉਂਕਿ ਗ੍ਰੀਨ ਰੈਵੋਲਿਊਸ਼ਨ ਤੋਂ ਬਾਅਦ ਹੀ ਪ੍ਰਵਾਸ ਜਿਹੜਾ ਪੰਜਾਬ 'ਚੋਂ ਜਿਹੜਾ ਇਹ ਵੀ ਗ੍ਰੀਨ ਰੈਵੋਲਿਊਸ਼ਨ ਦੀ ਹੀ ਇੱਕ ਤਰ੍ਹਾਂ ਨਿਰੰਤਰਤਾ ਹੈ, ਕੰਟੀਨਿਊਸ਼ਨ ਹੈਗੀ ਹੈ ਜਿਹੜੇ ਉਹਦੇ ਪ੍ਰਭਾਵ ਪਏ ਨੇ, ਕਿਉਂਕਿ ਗ੍ਰੀਨ ਰੈਵੋਲਿਊਸ਼ਨ ਨੇ ਸਾਡੇ ਜਿਹੜੇ ਸਮਾਜਿਕ ਨੂੰ ਅਸਥਿਰ ਬਣਾਇਆ, ਸਾਡੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਖੋਰਾ ਲਾਇਆ, ਤਾਂ ਉਹਦੇ ਵਿੱਚੋਂ ਵੀ ਸਾਡੇ ਗ੍ਰੀਨ ਰੈਵੋਲਿਊਸ਼ਨ ਦੇ ਵਿੱਚ ਜਿਹੜੀ ਸਾਡੀ ਰਵਾਇਤੀ ਸੱਭਿਆਚਾਰਕ ਕਦਰਾਂ ਕੀਮਤਾਂ ਸੀਗੀਆਂ ਉਹਦੇ ਥਾਂ 'ਤੇ ਜਿਹੜਾ ਕੰਜ਼ੂਮਰ ਕਲਚਰ ਭਾਰੂ ਹੋ ਗਈ। ਤਾਂ ਮੈਨੂੰ ਇਹ ਲੱਗਦਾ ਵੀ ਸਾਰਾ ਦੁਖਾਂਤ ਜਿਹੜਾ ਹੈਗਾ ਪੰਜਾਬ ਦਾ, ਜਿਹੜਾ ਸਾਡਾ ਰਵਾਇਤੀ ਸੱਭਿਆਚਾਰ ਕਦਰਾਂ ਕੀਮਤਾਂ, ਜਿਹੜਾ ਪੰਜਾਬ ਦੇ ਸੰਦਰਭ ਦੇ ਵਿੱਚ ਮੈਨੂੰ ਸਿੱਖ ਸੱਭਿਆਚਾਰ ਕਹਿੰਦਾ, ਵੀ ਸਿੱਖ ਤੋਂ ਮੇਰਾ ਭਾਵ ਸਿੱਖਾਂ ਦਾ ਨਹੀਂ, ਗੁਰੂ ਦੀ ਸਿੱਖਿਆ 'ਤੇ ਚੱਲਣ ਵਾਲੇ ਲੋਕਾਂ ਦਾ। ਤਾਂ ਜਿਹਨੂੰ ਮਤਲਬ ਪ੍ਰੋਫੈਸਰ ਪੂਰਨ ਸਿੰਘ ਵੀ ਸਿੱਖ ਪੰਜਾਬ ਕਹਿੰਦੇ ਨੇ, ਉਹਦਾ ਮਤਲਬ ਹੈ ਵੀ ਗੁਰੂ ਦੀ ਸਿੱਖਿਆ 'ਤੇ ਚੱਲਣ ਵਾਲੇ ਲੋਕਾਂ। ਤਾਂ ਮੋਟੇ ਤੌਰ 'ਤੇ ਜਿਹੜਾ ਹੈਗਾ ਪੰਜਾਬ, ਜਿਹੜਾ ਗ੍ਰੀਨ ਰੈਵੋਲਿਊਸ਼ਨ ਤੋਂ ਪਹਿਲਾਂ ਜਿਹੜਾ ਉਹਦਾ ਆਧਾਰ ਸੀਗਾ ਸੱਭਿਆਚਾਰ ਦਾ, ਔਰ ਜਿਹੜਾ ਕਦਰਾਂ ਕੀਮਤਾਂ ਦਾ, ਉਹ ਮਤਲਬ ਗੁਰੂ ਦੀ ਸਿੱਖਿਆ, ਸਾਡੇ ਗੁਰੂਆਂ ਦੇ ਉਹਦੇ ਜ਼ਿਆਦਾ ਅਨੁਕੂਲ ਸੀ। ਮਤਲਬ ਸਿੱਖ ਕਹਿੰਦੇ ਉਹਨੂੰ ਜਿਹੜਾ ਗੁਰੂ ਦੀ ਸਿੱਖਿਆ ਨਾਲ ਚੱਲਦਾ। ਜ਼ਾਹਰ ਹੈ ਕਿ ਉਦੋਂ ਪੰਜਾਬ ਲੀਡ ਕਰ ਰਿਹਾ ਸੀਗਾ, ਜਦੋਂ ਸਾਡੀਆਂ ਜਿਹੜੀਆਂ ਉੱਥੋਂ ਅਸੀਂ ਲੈ ਰਹੇ ਸੀਗੇ ਆਪਣੀ ਦਿਸ਼ਾ, ਜਿਹੜੀ ਸਾਡੀ ਹੈ ਅਗਵਾਈ ਉੱਥੋਂ ਲੈ ਰਹੇ ਸੀ। ਤਾਂ ਇੱਕ ਜਿਹੜੀ ਤਬਦੀਲੀ ਆਈ ਹੈ ਕਿ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਜਿਹੜਾ ਸਾਮਰਾਜੀ ਜਿਹੜਾ ਖਪਤਕਾਰੀ ਸੱਭਿਆਚਾਰ ਹੈ, ਇੰਪੀਰੀਅਲਿਸਟ ਕੰਜ਼ੂਮਰ ਕਲਚਰ ਹੈ, ਗੁਰੂ ਦਾ ਰਾਹ ਛੱਡ ਕੇ ਅਸੀਂ ਉਸ 'ਤੇ ਤੁਰ ਪਏ, ਔਰ ਉਹਦਾ ਅਸੀਂ ਹੁਣ ਨਤੀਜਾ ਜਿਹੜਾ ਭੁਗਤ ਰਹੇ ਹਾਂ। ਜਿਹੜਾ ਕਿ ਉਹ ਉਸੇ ਵੇਲੇ ਜਦੋਂ ਜਿਉਂ ਜਿਉਂ ਅਸੀਂ ਆਪਣੇ ਰਵਾਇਤੀ ਮਤਲਬ ਸੱਭਿਆਚਾਰ ਔਰ ਕਦਰਾਂ ਕੀਮਤਾਂ ਤੋਂ ਦੂਰ ਹੋਏ, ਤਿਉਂ 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 ਪੰਜਾਬ ਦੀ ਜਿਹੜੀ ਗਿਰਾਵਟ ਸ਼ੁਰੂ ਹੋ ਗਈ, ਪੰਜਾਬ ਦਾ ਨਿਘਾਰ ਜਿਹੜਾ ਉਹ ਸ਼ੁਰੂ ਹੋ ਗਿਆ। ਤਾਂ ਇਹਦਾ ਮਤਲਬ ਇੱਕ ਬੜੀ ਵੱਡੀ ਚੀਜ਼ ਹੈ ਜਿਹੜੀ ਕਿ ਇਹ ਤੋਂ ਸਾਨੂੰ ਦੋ ਇਹ ਮਿਲਦਾ ਜਿਹੜਾ ਕਿ ਜਿਹੜਾ ਦੱਖਣ ਦੀ ਜਿਹੜੀ ਉਭਾਰ ਦੀ ਔਰ ਸਾਡੇ ਨਿਘਾਰ ਦੀ ਜਿਹੜਾ ਮੁੱਖ ਕਾਰਨ ਇਹੀ ਬਣਦਾ, ਜਿਹੜਾ ਮੈਨੂੰ ਸਮਝ ਆ ਰਿਹਾ ਵੀ ਤੁਲਨਾਤਮਕ ਤੌਰ 'ਤੇ ਉਹਨਾਂ ਦੀ ਜਿਹੜੀ ਸਮਾਜਿਕ ਸਥਿਰਤਾ ਹੈਗੀ, ਸੋਸ਼ਲ ਸਟੇਬਿਲਿਟੀ ਹੈ, ਔਰ ਉਹਨਾਂ ਦਾ ਜਿਹੜਾ ਰਵਾਇਤੀ ਸੱਭਿਆਚਾਰ ਸਾਡੇ ਤੁਲਨਾਤਮਕ, ਥੋੜ੍ਹਾ ਬਹੁਤਾ ਤਾਂ ਹਰ ਥਾਂ ਫਰਕ ਪੈਂਦਾ, ਉਹਨਾਂ ਨੇ ਵੀ ਮਤਲਬ ਆਪਣਾ ਨਵੀਆਂ ਚੀਜ਼ਾਂ ਅਡਾਪਟ ਕੀਤੀਆਂ ਨੇ। ਤਾਂ ਨਵਾਂ ਤਾਂ ਕਹਿਣ ਦਾ ਮਤਲਬ ਹੈ ਕਿ ਆਪਾਂ ਤੁਲਨਾਤਮਕ ਤੌਰ 'ਤੇ ਗੱਲ ਕਰ ਰਹੇ ਹਾਂ ਜਿਹੜੇ, ਅਤੇ ਉਹ ਹੈ ਕਿ ਉਹਨਾਂ ਦਾ ਸੱਭਿਆਚਾਰ ਔਰ ਕਦਰਾਂ ਕੀਮਤਾਂ ਜਿਹੜੀਆਂ ਉਸ ਰਫਤਾਰ ਨਾਲ ਨਹੀਂ ਖੁਰੀਆਂ ਜਿੰਨਾ ਸਾਡੀਆਂ ਖੁਰੀਆਂ। ਅਸੀਂ ਜਿਹੜਾ ਸਾਡਾ ਨੁਕਸਾਨ ਜਿਹੜਾ ਸੱਭਿਆਚਾਰ ਕਦਰਾਂ ਕੀਮਤਾਂ ਦਾ ਤੁਲਨਾਤਮਕ ਤੌਰ 'ਤੇ ਬਹੁਤ ਤੇਜ਼ੀ ਨਾਲ ਔਰ ਬਹੁਤ ਜ਼ਿਆਦਾ ਹੋਇਆ, ਔਰ ਇਹ ਮੈਨੂੰ ਇਹ ਲੱਗਦਾ ਉਹਨਾਂ ਦੇ ਜਿਹੜਾ ਉਭਾਰ ਔਰ ਸਾਡੇ ਨਿਘਾਰ ਦਾ ਮੁੱਖ ਕਾਰਨ ਇਹ ਹੈ। ਔਰ ਇੱਕ ਸੂਚਕ ਅਸੀਂ ਦੇਖ ਸਕਦੇ ਹਾਂ ਪੰਜਾਬ ਦੇ ਵਿੱਚ, ਜੇ ਅਸੀਂ ਦੋ ਗ੍ਰਾਫ ਬਣਾਈਏ ਹੈ ਕਿ ਪੰਜਾਬ ਦਾ ਜਿਹੜਾ ਵਿਕਾਸ ਜਿਹੜਾ ਹੈਗਾ ਉਹਦਾ ਪਛੜਨਾ, ਉਹਦਾ ਥੱਲੇ ਆਉਣਾ, ਅਤੇ ਉਹਦਾ ਇੱਕ ਸੰਬੰਧ ਕੀ ਬਣਦਾ ਜੇ ਅਸੀਂ ਦੇਖੀਏ ਵੀ ਪੰਜਾਬ 'ਚ ਆਈਲੈਟ ਸੈਂਟਰ ਕਿਸ ਤਰ੍ਹਾਂ ਕਿੰਨੇ ਆ, ਹੈ ਅਤੇ ਤੁਸੀਂ ਦੇਖਦੇ ਹੋ ਕਿ ਤਕਰੀਬਨ ਇੱਕ ਜਿਉਂ ਜਿਸ ਰਫਤਾਰ ਨਾਲ ਆਈਲੈਟ ਸੈਂਟਰ ਵਧੇ ਆ ਪੰਜਾਬ ਦੇ ਵਿੱਚ, ਉਸੇ ਰਫਤਾਰ ਨਾਲ ਪੰਜਾਬ ਦਾ ਵਿਕਾਸ ਥੱਲੇ ਗਿਆ। ਇਹ ਦੋ ਗ੍ਰਾਫ ਇਹਦਾ ਉਲਟ ਜਿਹੜਾ ਸੰਬੰਧ ਹੈ, ਆਈਲੈਟ ਸੈਂਟਰਾਂ ਦੀ ਗਿਣਤੀ ਔਰ ਪੰਜਾਬ ਦਾ ਜਿਹੜਾ ਨਿਘਾਰ ਹੈ ਉਹਦਾ ਸਥਾਪਿਤ ਹੋ ਜਾਂਦਾ ਜੇ ਆਪਾਂ ਇਹ ਦੋ ਗ੍ਰਾਫ ਬਣਾ ਕੇ ਦੇਖ ਲਈਏ। ਔਰ ਇਹ ਤੁਸੀਂ ਦੇਖੋ ਹੈਦਰਾਬਾਦ ਕਿੱਡਾ ਵੱਡਾ ਸ਼ਹਿਰ, ਕੋਈ ਪੰਜਾਬ 'ਚ ਐਡਾ ਵੱਡਾ ਸ਼ਹਿਰ ਹੈ ਨਹੀਂ, ਇੱਕ ਵੀ ਮੈਂ ਆਈਲੈਟ ਸੈਂਟਰ ਨਹੀਂ ਦੇਖਿਆ। ਅੱਛਾ ਅੱਛਾ, ਦੂਸਰਾ ਮੈਂ ਉਸ ਤੋਂ ਪਹਿਲਾਂ ਨੰਦੇੜ ਸੀ, ਨੰਦੇੜ ਚਲੋ ਹੈਦਰਾਬਾਦ ਜਿੱਡਾ ਤਾਂ ਸ਼ਹਿਰ ਨਹੀਂ ਹੈ ਲੇਕਿਨ ਇੱਕ ਫਿਰ ਵੀ ਵੱਡਾ ਸ਼ਹਿਰ ਹੈ, ਉਦੋਂ 5 ਲੱਖ ਤੋਂ ਜ਼ਿਆਦਾ ਆਬਾਦੀ ਹੈ ਉੱਥੇ, ਮਤਲਬ ਜਿਹੜਾ ਹੈਗਾ ਮਹਾਰਾਸ਼ਟਰ ਦਾ 10ਵਾਂ ਵੱਡਾ ਸ਼ਹਿਰ ਹੈ ਨੰਦੇੜ, ਇੱਕ ਵੀ ਆਈਲੈਟ ਸੈਂਟਰ ਨਹੀਂ ਸੀ ਦੇਖਿਆ, ਨਹੀਂ ਦੇਖਿਆ। ਤੁਸੀਂ ਤੁਸੀਂ ਮੈਨੂੰ ਦਿਖਾ ਦਿਓ, ਤੁਸੀਂ ਆਪਾਂ ਬੈਠੇ ਹਾਂ ਇੱਥੇ ਪੰਜਾਬ 'ਚ ਕੋਈ ਪਿੰਡ ਦਿਖਾ ਦਿਓ, ਸ਼ਹਿਰ ਵੱਡੇ ਸ਼ਹਿਰ ਤਾਂ ਗੱਲ ਹੀ ਛੱਡ ਦਿਓ, ਇੱਥੇ ਇੱਕ ਗਲੀ 'ਚ ਦੱਸ ਗਲੀ 'ਚ ਦੱਸ ਦੱਸ ਗਲੀ ਦੇਖੋ ਕਿੱਥੇ, ਅਤੇ ਇੱਥੋਂ ਹੀ ਮਤਲਬ ਇਹ ਵੱਡਾ ਫਰਕ ਨਜ਼ਰ ਆ ਰਿਹਾ। ਸਟੂਡੈਂਟ ਦੀ ਜੇ ਗੱਲ ਕਰੀਏ, ਚਲੋ ਆਈਲੈਟਸ ਦੀ ਗੱਲ ਸ਼ੁਰੂ ਕੀਤੀ ਹੈ ਆਪਾਂ,
जिहड़े उत्थे दे स्टूडेंट है जां अपने हत्थ दे स्टूडेंट हैगे ने की फर्क देखदे हो उहनां दी पढ़ाई दे लैवल दा जां होर तुहानूं की लग्गिया वी उहनां दा किन्ना कु फर्क लगदा इत्थे? देखो देखो पंजाब दे उप्पर इक आपां जिहड़े समुच्चा जिहड़ा माहौल है हुण समुच्चा माहौल पंजाब दा इह हो गया वी पंजाब दे जिहड़े विद्यार्थी ने उहनां दी जिहड़ा पढ़ाई वल जिहड़ा समर्पण है हाँ जी वो उस पद्धर का नहीं मैं दिसदा जो उत्थे है साढ़े जी पहल जी है पंजाब दे अज वो मतलब पढ़ाई नालों प्रवास ज़्यादा है। अच्छा असं मतलब ये मैं बड़ो बहुत मतलब डूंघाई नाल समझ के देखा है कि जे तुसी देख लो कि मतलब जेडे 10+2 करके बहुत सारे माँ बाप भी बहुत सारे उन्होंने जी पहल है ये हैगी भी आप किसी तरह मतलब आईलैट करके कनेडा चलीए जा विदेशों जाइए ये पंजाब के विद्यार्थियों की वड्डी पहल है बहुत उन्होंने हाले पढ़ाई जी सा पढ़ाई नालों प्रवास साडा पहल वड्डी पहल है उत्थे जाहिर है कि उन्होंने ये चीज़ नहीं है पर उत्थे तो आईलैट सेंटर है ही नहीं मैं देखे ही नहीं कोई वो अपनी पढ़ाई के अपना भविख जोड़ा है वो जोड़ के देखते हूँ इतने पंजाब नहीं है हूँ इतने मतलब जरा इतने मतलब सानू यह नहीं है भी असं किसी का जी कंपीटिशन जाइए भी आई एस बनीए ज डाक्टर वधिया प्रोफेसर वधिया पढ़ाई ले लीए वो साड़ी पहल नहीं हैगी अच्छा जेड़ा जिन्नी जल्दी जल्दी तो जल्दी है भी 10+2 करो आईलैट करो तो इतों निकलो सच्चाई तो यह है भी पंजाब की जी उचेरी विद्या दी संस्थावां ने उत्थे तो उन्होंने मतलब गिनती पूरी नहीं हो रही जिन्ने मतलब उन्हें सीटा ही नहीं पूरी हो रही तो उत्थे कंपीटिशन जिथे इन्ना ज़्यादा कंपीटिशन हुंदा सी पंजाब च भी जिहड़ियां मतलब जिहड़ियां यूनिवर्सिटियां दे विच जिहड़ियां सीटां दे जां कॉलेजां दे विच सीटां सी अज उत्थे ये हालत हो गई है भी कई लोग तो कहिंदे कि 40% दे करीब जिहड़े ने मतलब जिहड़े ने विद्यार्थी घट गए ने मतलब तो मतलब एक ज्यों ज्यों आईलैट तो वधिया जा रहे हैं पर जिहड़ी उचेरी विद्या दे जिहड़ियां संस्थावां ने उन्हां दा घाण हो रहा है तो ये चीज़ उत्थे नहीं है उत्थे उत्थे मतलब हुण मैं तुहानूं पंजाब दी जिहड़ी की हालत है भी एक बड़ा सुहिरदवंद लेखक है उन्हें मतलब मैंने दस्सिया कि उहदी कुड़ी ने LLM कीती है। अच्छा हाँ जी तो उन्हें बड़े चा नाल उहदी मतलब सस नूं दस्सिया वी बेटी ने LLM कर ली डिग्री मिल गई LLM दी वो कहिंदे चलो ये तो ठीक है आईलैट की डिग्री कदों मिलेगी ये है पंजाब की सच्चाई है जी फिर आईलैट दी डिग्रियां लैके विकास नहीं हो सकता पंजाब का जाहिर है कि विकास तो ही होगा जोड़े बंदे मतलब उचेरी विद्या जो काबिल होने विकास के तो आईलैट करके 90-95% जाके ट्रक चलाने या टॉयलेट क्लीन करने या सिक्योरिटी गार्ड बनना उन्होंने की विकास के एडा ठीक है कम तो वधिया ने सारे नहीं कहते भी कोई भी काम है जहाँ भी ट्रक चलाना कोई माड़ी गल है जो टॉयलेट क्लीन करना जहाँ मतलब सिक्योरिटी गार्ड बनना पिज्जा डिलीवर करना खेता कोई काम माड़ा नहीं है गल ये नहीं कि डिग्निटी ऑफ लेबर की गल नहीं गल तो यह है कि कबलीयत जी है एबिलिटी जोड़े बच्चे की एबिलिटी है कि वह IAS अफसर बने मिलट्री का अफसर बने डॉक्टर बने इंजीनियर बने यूनिवर्सिटी का प्रोफेसर बने वेगा वो जाके ट्रक चलाए वो जाके लोगों के टॉयलेट क्लीन करे ये दुखांत है दुखांत यह नहीं कि वो माड़ा काम कर रहा दुखांत उसकी समर्था सी जी है वो मतलब कुछ होर कुदरत ने उस समर्थ किसी होर चीज़ पर बनाया से तो जदों बंदा जिहड़ी कुदरती बच्चे दे भी समर्था हैगी है जे उहदा पूर्ण विकास नहीं हुंदा तो बच्चा हमेशा निराश होएगा लंबे समय दे विच पक्की गल है कि जे तुसी अपने किते ना किते तो जिन्ना मर्जी तुसी लोकां नूं जो मर्जी कहो यार मैं तो ऐश कर रहा मैं तो मतलब जिहड़ा इत्थे तुसी देख लो पंजाब आपां देखदे हां हुण कई मैं हैरान हो गए तुहानूं वे रेहड़ियां वाले कई इन्नी इनकम उहनां दी पढ़े लिखे नूं कई गुणा ज्यादा होंदी 5-7 हज़ार तक रोज़ का आराम नाल कई रेहड़ियां वाले बना लैंदे हुण कि तनखावां किन्नियां 2 लख देखो रोज़ महीने का हो गया किन्ने कितने नौकरियां 2 लख मिलता है लेकिन की बंदा मतलब रेहड़ी वाले समझते भी मैं ज़्यादा चंगा रहा फिर भी बंदा कहता कि मेरी एक मतलब जी मैं जो चॉइस हो किसी बंद भी तुम रेहड़ी चला के दो लख बनाना महीने का कि तुम 20,000 की नौकरी तुम्हें अच्छी मिल जाए तो कि मैं लगता कि बहुत सारे बच्चे कहने के सू चंकी नौकरी 20-25 हज़ार की मिल जाए वो प्रैफर कर तो मतलब कहने का यह है कि पढ़ाई की एक जी मतलब अच्छी स्टेटस वाली जी नौकरी है जॉब है वो एक अपने समाज के स्थान है निरे पैसे की गल नहीं हैगी निरा कल्ले पैसे नाल नहीं तुसी तोल के देख सकते भी हाँ जी कनेडा जाता है उत्थे जो ट्रक ड्राइवर $5,000 महीना का शुरू हो जाता है पहली तो गल कोई $5,000 ने उत्थे कुछ बनता ही नहीं
दूसरी गल जो भावें 5000 डालर तो जिन्ना बना दे कई रेहड़ियाँ वाले इन्ने मतलब बना रहे हैं पटियाले कई तो मैनू मतलब हैरानी हुई मैं कईयों पूछा भी रेहड़िया वाले किन्ना कुछ तो मैंने उन्होंने कहा भी रेहड़ियाँ ला के 1000 तो 5-7 हज़ार तक रोज़ की इनकम है रेहड़िया वाले तो मतलब कहने का मतलब है कि मतलब जे उत्थे जाके असी यही कहना है भी ट्रक चला जा टॉयलेट क्लीन कर फिर दूसरी गल है भी इत्थे अगर असी आप कहने जी इत्थे डिग्निटी ऑफ लिव हुण इत्थे जिहड़े लोग ज़्यादा जो रेहड़ियाँ तुसी देखो कौन ला रहा घट्टो घट मेरे जदों भी मैं देखदा चाहे सब्जियां दियां जां फलां दियां चाहे होर मतलब आइसक्रीम बेच जां मतलब कोई चाट ब्रेड जां कुलचे छोले जां जो भी मैनू लगता है कि 80% तो ज़्यादा जिहड़े ने प्रवासी ला रहे तो चलो असीं उत्थे जा के जिहड़ा हैगा ये उह दूजे काम कर रहे हैं जिहड़े पर इत्थे तां असीं मतलब कहने हैं जी कि असी यही नहीं भी ये बड़ा घटिया काम ने जे सानू पंजाब चो ही काम करने पैन जे सानू डिग्निटी ऑफ लेबर है तो साड़ी डिग्निटी ऑफ लेबर कनेडा च जाके जागती है तो पंजाब च क्यों नहीं साड़ी डिग्निटी बनती उन्हूं असी उन्हूं काम नूं माड़ा समझ मैनूं कईआं ने किया तो मैं कहा भाई इत्थे तो तुसीं सारे काम कर लो पंजाब च क्यों नहीं कर सकते वो कहिंदा जी पंजाब सानू कौन मतलब खास करके जट भाईचारे मतलब ये वो कहिंदे कि कहिंदे जी आपां नूं इत्थे कौन जानदा कनेडा च कहिंदे पंजाब तां साड़ी टौर है हुण मैं कहा पंजाब हुण हुण उल्टा है खास करके जटा दी मैं गल कर रहा भी एक संभावना घट है कि तुहानूं पंजाब दा हो सकदा तुहाडा कोई रिश्तेदार ना बचा होवे कनेडा दा हुण बहुत मुश्किल है कि तुहानूं तुहाडा कोई पिंडां दे पिंड बैठे ने सारे तो इस करके जिहड़ा ये आर्गूमेंट हैगी है भी उत्थे सानूं कोई देखदा नहीं जां जाणदा नहीं ये हुण मतलब जिहड़ी है अज दे नहीं चलती क्योंकि एक बंदे ने मैनूं एक दो गल भी एक कहिंदा कि वो उत्थे गया तो मैं मेरा अफसर सीगा वड्डा जी तो मैं उन्होंने चाह फड़ाने गए चाह नहीं सी कभी भी उत्थे गया तो बैरियां तोड़ रहा है तो कहिंदा भी मैनूं अख ना मिलाए मेरा अफसर उत्थे तो कहिंदा मैं भी मतलब जान बुझ के मैं भी उच्ची गाने का सरदार जी सत श्री अकाल तो वो फिर कहिंदा बड़ा शर्मिंदा जिहा होया देख के मैं कहिंदा बच्चों की खातर करना पैंदा कहिंदा भाई बच्चों की खातर की करदे बच्चे तो तुहानूं उत्थे इन्ने इंसीडेंट ने कि घट्टो घट जिहड़े मुंडे वालिआं दी गल है एक कनेडा बहुत वारी मैं मतलब ये गल आप देखी है कि नूहां जिहड़ियां ने बजुर्गां नूं मतलब रात नूं कहिंदे बाहर सड़क ते तो गुरुद्वारे जाके कई बारी उन्होंने बेचारे रात भी कट्टनी पैंदी ये मतलब अनसुनी गल नहीं है कनेडा दे जिहड़े पुत्तां लई तुसीं कर रहे हो जिन्हां सारा कुछ कर रहे हो तो बहुत सारे लोकां नाल हो चुका है भी नूहां मतलब जिहड़ियां नूहां जिहड़ियां ने वो अपने मुंडे के माँ प्यो नूं कहिंदे ने रात नूं लड़ाई झगड़ा तो हो ही जांदा घरां चों कहिंदे जाओ हुण इहनूं निकलो बाहर साडे घर छड्ड के सड़क ते जाओ तो मतलब इस करके ये जरा आर्गूमेंट देना भी असं बच्चों की खातर कर रहे बच्चे भी जाके ज बच्चे भी थोड़े तो ता ही रेंदे है जे तुम अपन कदर कीमत बच्चों अपना सभ्याचार ना जोड़ी रखोगे नहीं तो फिर वो बच्चे ही थोड़े तो मतलब जोड़े ने जो थोड़िया तो उम्मीदा ने बच्चों तो वो पूरिया नहीं उतरन गया फिर तू अपने जीवन जोड़ा ना वो लगेगा कि मेरा तो जाया हो गया मैं क्या किया मैं तो इन्होंने बच्चों खातर इन्ना कुछ किया अपना उतों भी छड़े इतने देखो मतलब बुजुर्गों वास्ते बड़ा मुश्किल है माँ प्यो वास्ते जाके जो बच्चों की खातर ਤੁਸੀਂ ਜਾਂਦੇ ਬੱਚਿਆਂ ਨੂੰ ਸੈੱਟ ਕਰਾਉਣ ਉੱਥੇ ਤਾਂ ਬੜਾ ਮੁਸ਼ਕਲ ਹੈ ਕਿ ਜਿੱਥੇ ਤੁਸੀਂ ਮਤਲਬ ਉਹਦੇ ਕਈ ਚੀਜ਼ਾਂ ਨੇ ਉੱਥੇ ਮਤਲਬ ਜਿਹੜਾ ਜਿੱਥੇ ਤੁਸੀਂ ਸਾਰੀ ਉਮਰ ਗੁਜ਼ਾਰੀ ਹੈ ਉੱਥੇ ਦਾ ਪਹਿਲੀ ਤਾਂ ਗੱਲ ਕਲਾਈਮੇਟ ਦਾ ਹੀ ਬੜਾ ਫਰਕ ਹੈ ਉੱਥੇ ਇਹੋ ਜਿਹੀ ਠੰਡ ਪੈਂਦੀ ਹੈ ਕਨੇਡਾ ਇੱਥੇ ਪੰਜਾਬ ਨਾਲ ਬਜ਼ੁਰਗ ਬੰਦੇ ਲਈ ਠੰਡ ਸਹਿਣੀ ਵੀ ਮੁਸ਼ਕਲ ਹੈ ਫਿਰ ਜਿਹੜਾ ਹੈਗਾ ਤੁਹਾਡਾ ਜਿਹੜਾ ਜੀਵਨ ਸਟਾਈਲ ਤੁਸੀਂ ਇੱਕ ਲਾਈਫ ਸਟਾਈਲ ਹੈ ਜਿਹੜਾ ਜਿੱਥੇ ਤੁਸੀਂ ਸਾਰੀ ਉਮਰ ਰਹੇ ਹੋ ਨਵੇਂ ਸਮਾਜ 'ਚ ਜਾ ਕੇ ਐਡਜਸਟ ਹੋਣਾ ਫਿਰ ਬਹੁਤ ਸਾਰੇ ਸਾਡੇ ਬਜ਼ੁਰਗਾਂ ਨੂੰ ਮਤਲਬ ਜਾਂ ਸਾਡੇ ਮਾਂ ਪਿਓ ਨੂੰ ਅੰਗਰੇਜ਼ੀ ਨਹੀਂ ਆਉਂਦੀ ਇੰਨੀ ਉਹਦੇ ਲਈ ਸਮੱਸਿਆ ਆਉਂਦੀ ਹੈ ਫਿਰ ਕਈਆਂ ਨੂੰ ਅੰਗਰੇਜ਼ੀ ਤਾਂ ਆਉਂਦੀ ਹੈ ਪਰ ਐਕਸੈਂਟ ਨਹੀਂ ਆਉਂਦਾ ਲਹਿਜਾ ਉਹਨਾਂ ਨੂੰ ਉਹ ਸਮਝ ਨਹੀਂ ਆ ਰਿਹਾ ਉਹਦਾ ਤਾਂ ਕਈ ਸਮੱਸਿਆਵਾਂ ਨੇ ਮਤਲਬ ਚਲੋ ਯੰਗ ਬੰਦਾ ਜੇ ਨੌਜਵਾਨ ਤਾਂ ਜਾ ਕੇ ਸੈੱਟ ਹੋ ਜਾਂਦਾ ਪਰ ਮਾਂ ਬਾਪ ਵਾਸਤੇ ਬੜਾ ਮੁਸ਼ਕਲ ਹੁੰਦਾ ਹੈ ਤਾਂ ਇਹ ਜਿਹੜਾ ਆਰਗੂਮੈਂਟ ਹੈ ਬੜੀ ਅੱਛੀ ਗੱਲ ਹੈ ਵੀ ਚੰਗੀ ਗੱਲ ਹੈ ਆਪਣਾ ਤੁਸੀਂ ਜੇ ਬੱਚਿਆਂ ਲਈ ਬੰਦਾ ਮਾਂ ਬਾਪ ਦਾ ਫਰਜ਼ ਹੈ ਕਿ ਬੱਚਿਆਂ ਨੂੰ ਸੈੱਟ ਕਰਾਉਣ ਬੱਚਿਆਂ ਸਾਰਾ ਕੁਛ ਕਰਨ ਪਰ ਇੱਥੇ ਜਦੋਂ ਅਸੀਂ ਇੱਕ ਪਾਸੜ ਆਰਥਿਕ ਨਜ਼ਰੀਏ ਤੋਂ ਦੇਖਦੇ ਹਾਂ ਵੀ ਸੈੱਟ ਕਰਾਉਣ ਦਾ ਮਤਲਬ ਹੈ ਬੱਚਿਆਂ ਲਈ ਕੋਠੀਆਂ ਪਾ ਦਿਓ ਬੱਚਿਆਂ ਲਈ ਵਧੀਆ ਵਧੀਆ ਕਾਰਾਂ ਲੈ ਦਿਓ ਉਹਨਾਂ ਨੂੰ ਪੈਸਾ ਦੇ ਦਿਓ ਇਹ ਨਹੀਂ ਹੈਗਾ ਆ ਸਭ ਤੋਂ ਜਿਹੜੀ ਜਿਹੜੀ ਲੰਬੇ ਸਮੇਂ ਜਿਹੜੀ ਨਿਭਦੀ ਹੈ ਚੀਜ਼ ਉਹ
ਕਿ ਬੱਚਿਆਂ ਨੂੰ ਤੁਸੀਂ ਕਿਹੜੀਆਂ ਕਦਰਾਂ ਕੀਮਤਾਂ ਦਿੰਦੇ ਹੋ, ਕਿਹੜਾ ਤੁਸੀਂ ਸੱਭਿਆਚਾਰ ਸਦਾਚਾਰ ਸਿਖਾਉਂਦੇ ਹੋ, ਕਿਉਂਕਿ ਉਹਦੇ ਵਿੱਚ ਹੀ ਉਹ ਬੱਚਿਆਂ ਨੇ ਤੁਹਾਡੀ ਜਿਹੜੀ ਜੇ ਉਹਨਾਂ ਦੇ ਵਿੱਚ ਇਹ ਭਾਵਨਾ ਹੋਏਗੀ ਤਾਂ ਫਿਰ ਉਹ ਤੁਹਾਡੀ ਵੀ ਸੇਵਾ ਕਰਨਗੇ, ਨਹੀਂ ਤਾਂ ਫਿਰ ਇਹ ਹੋਏਗਾ ਕਿ ਜਿਹਨਾਂ ਬੱਚਿਆਂ ਲਈ ਤੁਸੀਂ ਸਭ ਕੁਛ ਕੀਤਾ ਉਹੀ ਮਤਲਬ ਤੁਹਾਨੂੰ ਇੱਕ ਦਿਨ ਸੜਕ ਦਿਖਾ ਦੇਣਗੇ ਘਰੋਂ ਕੱਢਣੇ। ਇਹ ਮਾਫ਼ ਕਰਨਾ, ਮੈਂ ਵਾਰ ਵਾਰ ਇਹ ਗੱਲ ਕਰ ਰਿਹਾ, ਮੈਂ ਤਾਂ ਕਹਿ ਰਿਹਾ ਕਿ ਮੈਨੂੰ ਬੜਾ ਦੁੱਖ ਹੋਇਆ ਕਿਉਂਕਿ ਸਾਡੇ ਆਪਣੇ ਮਤਲਬ ਰਿਸ਼ਤੇਦਾਰੀ 'ਚ ਮੈਂ ਇਹ ਚੀਜ਼ ਦੇਖੀ ਹੈ ਕੈਨੇਡਾ ਦੇ ਵਿੱਚ ਜੋ ਮੈਂ ਕਹਿ ਰਿਹਾ। ਮੈਨੂੰ ਬਾਹਰ ਵੀ ਜਾਣ ਦੀ ਦੂਰ ਜਾਣ ਦੀ ਲੋੜ ਨਹੀਂ ਹੈ ਕਿ ਮਤਲਬ ਜਿਹੜਾ ਮੈਂ ਕਹਿੰਦਾ ਕਿ ਜਿਹੜਾ ਦੇਖਿਆ ਹੁੰਦਾ ਜਾਂ ਹੰਡਾਇਆ ਉਹ ਮੈਨੂੰ ਪੀੜ ਹੁੰਦੀ ਹੈ, ਉਹ ਜੇ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਮੈਂ ਬੁੱਢੇ ਮਾਂ ਬਾਪ ਰਾਤ ਨੂੰ ਮਤਲਬ ਦੇਖਿਆ ਕਿ ਕਿਸ ਤਰ੍ਹਾਂ ਮਤਲਬ ਜਿਹੜੀ ਲੜਕੀਆਂ ਦੇ ਚਲੋ ਠੀਕ ਹੈ, ਲੜਕੀਆਂ ਦੇ ਬਹੁਤ ਘੱਟ ਇੱਦਾਂ ਦੇ ਲੜਕੀਆਂ ਨਹੀਂ ਕਰਦੀਆਂ ਮਤਲਬ ਆਮ ਤੌਰ 'ਤੇ ਜਿਹੜਾ ਮੇਰਾ ਤਜਰਬਾ ਹੈ, ਹੋ ਸਕਦਾ ਕੋਈ ਇਹੋ ਜਿਹੇ ਵੀ ਕੇਸ ਹੋਣ, ਪਰ ਇਹ ਜ਼ਿਆਦਾ ਜਿਹੜਾ ਹੈਗਾ ਮੁੰਡੇ ਦੇ ਜਿਹੜੇ ਮਤਲਬ ਵਾਲੇ ਜਿਹਨਾਂ ਦੇ ਮਾਂ ਬਾਪ ਹੈ ਉਹਨਾਂ ਨੂੰ ਇਹ ਸਿਚੁਏਸ਼ਨ ਕਈ ਵਾਰੀ ਫੇਸ ਕਰਨੀ ਪਈ, ਜਿਹਦੇ ਲਈ ਅਰਦਾਸਾਂ ਕੀਤੀਆਂ ਜਾਂਦੀਆਂ, ਜਿਹਦੇ ਮੁੰਡਿਆਂ ਲਈ ਜਦੋਂ ਤੁਸੀਂ ਕਰਨਾ ਹੋਵੇ ਕੁੜੀ ਵਿਚਾਰੇ ਨੂੰ ਕੋਈ ਸ਼ੋਰ ਹਰ ਹਿੱਲਾ ਹਰ ਹਿੱਲਾ ਵਰਤਿਆ ਜਾਂਦਾ। ਜੇ ਪਹਿਲਾ ਮੁੰਡਾ ਹੋ ਜਾਏ ਨਾ ਜੀ, ਫਿਰ ਅੱਜ ਕੱਲ੍ਹ ਦੇ ਪੇਰੈਂਟਸ ਜਿਹੜਾ ਸੋਚਦੇ ਨਹੀਂ ਹੈਗੇ ਵੀ ਅੱਗੇ ਕੁੜੀਆਂ ਵਿਚਾਰੀਆਂ, ਫਿਰ ਵੀ ਤੁਹਾਨੂੰ ਮਤਲਬ ਇੱਦਾਂ ਘੱਟੋ ਘੱਟ ਮੈਂ ਨਹੀਂ ਦੇਖਿਆ, ਹੋ ਸਕਦਾ ਕੋਈ ਕੁੜੀ ਨੇ ਵੀ ਕੀਤਾ ਹੋਵੇ, ਲੇਕਿਨ ਮੁੰਡਿਆਂ ਦਾ ਮੈਂ ਤਾਂ ਆਪਣੇ ਰਿਸ਼ਤੇਦਾਰੀ 'ਚ ਦੇਖਿਆ। ਹੁਣ ਅਸੀਂ ਉਸ ਪੰਜਾਬ ਦੀ ਗੱਲ ਕਰ ਰਹੇ ਹਾਂ ਜਿਹੜਾ ਪੰਜਾਬ, ਤੁਸੀਂ ਕਹਿ ਰਹੇ ਸੀ ਨਾ ਵੀ ਉੱਥੇ ਜਾ ਕੇ ਟੋਇਲਟਾਂ ਸਾਫ਼ ਕਰਨੀਆਂ ਜਾਂ ਕਿਵੇਂ ਹੈ ਨਾ, ਜਾਂ ਅੱਗੇ ਟਰੱਕ ਚਲਾਉਣੇ, ਉਹ ਗੱਲ ਇੱਥੇ ਆਉਂਦੀ ਹੈ ਵੀ ਉਹ ਪੰਜਾਬ ਜਿਹਦੇ ਪੰਜਾਬ ਦੇ ਵਾਸੀਆਂ ਨੇ ਰਾਜ ਕੀਤੇ ਨੇ, ਜਿੱਥੇ ਦਾ ਤੁਸੀਂ ਪਿੱਛੇ ਆਪਾਂ ਵੀਡੀਓ 'ਚ ਗੱਲ ਕਰੀ ਵੀ ਜਿੱਥੇ ਦਾ ਰੁਪਈਆ ਮਹਾਰਾਜਾ ਰਣਜੀਤ ਸਿੰਘ ਦੇ ਅਸੀਂ ਗੱਲ ਘਰ ਰਾਜ ਦੀ ਗੱਲ ਕਰਦੇ ਹਾਂ, ਉਹ ਕਿੱਥੇ ਜਾ ਕੇ ਨਿਵਾਣ 'ਤੇ ਆ ਕੇ ਖੜ ਗਿਆ, ਅਤੇ ਹੁਣ ਤੁਸੀਂ ਸਾਊਥ ਵਿੱਚ ਜਾ ਕੇ ਉਹ ਤੋਂ 1970 ਦੀ ਗੱਲ ਕਰ ਰਹੇ ਹੋ, ਹੈ ਨਾ ਜੀ, ਵੀ ਉਹ ਸਾਊਥ ਕਿੱਥੇ ਕਿੱਥੇ ਸੀ ਅਤੇ ਕਿੱਥੇ ਪਹੁੰਚ ਗਿਆ, ਅਤੇ ਜਿਹੜਾ ਪੰਜਾਬ ਸੀ ਉਹ ਕਿੱਥੇ ਦਾ ਕਿੱਥੇ ਪਹੁੰਚ ਗਿਆ। ਅਤੇ ਹੁਣ ਵਿਦਿਆਰਥੀਆਂ ਦੀ ਗੱਲ ਕਰਦੇ ਹਾਂ, ਵਿਦਿਆਰਥੀਆਂ ਦੀ ਹੁਣ ਤੁਸੀਂ ਗੱਲ ਕੀਤੀ ਵੀ ਆਇਲਟਸ ਸੈਂਟਰ ਜਿਹੜੇ ਜ਼ਿਆਦਾ ਬਣ ਗਏ, ਹੈ ਨਾ ਜੀ, ਅਤੇ ਉੱਥੇ ਦੇ ਜਿਹੜੇ ਹੈਗੇ ਹੁਣ ਲੈਕਚਰ ਸੁਣਨਾ, ਅੱਜ ਕੱਲ੍ਹ ਕਹਿੰਦੇ ਨਾ ਸਾਨੂੰ ਵੀ ਜਿਹੜੀ ਗੱਲ ਕੀਤੀ ਵੀ ਜਿਹੜਾ ਨਾ ਵਿਸ਼ਾ ਹੈ ਸਿਰਫ ਨਾ ਅੱਧੇ ਘੰਟੇ ਦਾ ਜਾਂ ਕਿਵੇਂ ਛੋਟਾ ਜਿਹਾ ਰੱਖੋ, ਸੁਣਦਾ ਕੋਈ ਨਹੀਂ ਹੈਗਾ। ਹੁਣ ਤੁਸੀਂ ਉੱਥੇ ਦੇ ਕੇ ਆਏ ਹੋ, ਲੈਕਚਰ ਦੇ ਕੇ ਆਏ ਹੋ, ਕਿਉਂਕਿ ਲੈਕਚਰ ਸੁਣਨੇ ਬੜੇ ਔਖੇ ਹੈ, ਉਹ ਕਿਵੇਂ ਦਾ ਪ੍ਰਭਾਵ ਰਿਹਾ ਤੁਹਾਡਾ? ਮੈਂ ਮਤਲਬ ਇਹ ਮੇਰੀ ਓਬਜ਼ਰਵੇਸ਼ਨ ਸੀਗੀ ਕਿ ਦੇਖੋ ਤੁਸੀਂ ਵੀ ਲੈਕਚਰ, ਦੋ ਲੈਕਚਰਾਂ ਦਾ ਇੱਕ ਲੈਕਚਰ, ਉਸ ਤੋਂ ਬਾਅਦ ਬੜਾ ਲੰਬਾ ਸਮਾਂ ਮਤਲਬ ਸੀਗਾ, ਤੋ ਮੈਂ ਤਾਂ ਹੈਰਾਨ ਹੋ ਗਿਆ ਕਿ ਬੱਚਿਆਂ ਦੀ ਜਿਹੜੀ ਜਿਹੜੇ ਸਟੂਡੈਂਟਸ ਸੁਣ ਰਹੇ ਸੀਗੇ, ਇੱਕ ਤਾਂ ਇੰਨੀ ਮਤਲਬ ਪੂਰਾ ਹਾਲ ਉਹਨਾਂ ਨੂੰ ਚਿੰਤਾ ਸੀਗੀ ਕਿ ਬੱਚੇ ਆਉਣਗੇ ਨਹੀਂ ਕਿਉਂਕਿ ਵੀ ਉਹ ਐਡਮਿਸ਼ਨ ਵਗੈਰਾ ਚੱਲ ਰਹੀਆਂ ਸੀ ਕੁਛ ਹੋਰ, ਲੇਕਿਨ ਉਹਨਾਂ ਦਾ ਜ਼ਾਹਰ ਹੈ ਕਿ ਬੱਚਿਆਂ ਨੂੰ ਇਹੋ ਜਿਹੇ ਵਿਸ਼ੇ ਸਾਰਿਆਂ ਨੂੰ ਉੱਥੇ ਯੂਨੀਵਰਸਿਟੀ 'ਚ ਇੰਟਰਸਟ ਕਿ ਪੂਰਾ ਹਾਲ ਜਿਹੜਾ ਪੂਰੀ ਤਰ੍ਹਾਂ ਭਰ ਗਿਆ ਹੈ। ਦੂਸਰੀ ਚੀਜ਼ ਕਿ ਜਿਸ ਸ਼ਿੱਦਤ ਨਾਲ ਬੱਚਿਆਂ ਨੇ ਸੁਣਿਆ, ਜਿਸ ਕੰਸਨਟ੍ਰੇਸ਼ਨ ਦੇ ਨਾਲ, ਕਿ ਇੰਨਾ ਟਾਈਮ ਸੀਗਾ, ਇਹਨੇ ਵੀ ਦੋ ਲੈਕਚਰਾਂ ਦਾ ਇੱਕ ਲੈਕਚਰ ਸੀ, ਉਸ ਤੋਂ ਬਾਅਦ ਕਈ ਵਿਦਵਾਨਾਂ ਨੇ ਮਤਲਬ ਉਹਦੇ 'ਤੇ ਟਿੱਪਣੀ ਕੀਤੀ ਜਾਂ ਕਿਸ ਤਰ੍ਹਾਂ ਉਹ ਚਰਚਾ ਹੋਈ, ਬੜਾ ਲੰਬਾ ਸਮਾਂ, ਲੇਕਿਨ ਪੂਰੀ ਧਿਆਨ ਦੇ ਨਾਲ ਕੇਂਦਰ ਅਟੈਂਸ਼ਨ ਜਿਹੜੀ ਪੇ ਕੀਤੀ ਬੱਚਿਆਂ ਨੇ, ਔਰ ਪੂਰੇ ਮਤਲਬ ਉਹ ਅਸੀਂ ਮਤਲਬ ਮੈਨੂੰ ਮੇਰੇ ਲਈ ਬੜਾ ਸੀਗਾ ਕਿ ਮੈਂ ਦੇਖਦਾ ਇੱਥੇ ਵੀ ਯੂਨੀਵਰਸਿਟੀਆਂ 'ਚ ਮਤਲਬ ਬੜਾ ਮੁਸ਼ਕਲ ਹੈ ਵੀ ਇੱਦਾਂ ਦੇ ਬੱਚਿਆਂ ਬਿਠਾ ਕੇ ਰੱਖਣਾ, ਇੰਨੀ ਦੇਰ ਬਿਠਾ ਕੇ ਬੈਠਦੇ ਹੀ ਨਹੀਂ, ਬੈਠ ਜਾਂ ਉਹ ਬੈਠੇ ਵੀ ਹੈ ਅਤੇ ਉਹ ਮਤਲਬ ਕੋਈ ਕਦੇ ਇੱਧਰ ਉੱਧਰ ਉਹ ਦੇਖਣ ਲੱਗ ਜਾਣਗੇ ਜਾਂ ਕੁਛ ਹੋਰ ਕਰਨਗੇ, ਅਤੇ ਮਤਲਬ ਇਹ ਨਹੀਂ ਲੱਗਦਾ ਵੀ ਇੰਨੇ ਖੁੱਬੇ ਪਏ ਨੇ ਇਹਦੇ ਜਾਂ ਇੰਨੀ ਅਟੈਂਸ਼ਨ ਪਏ, ਇੰਨਾ ਧਿਆਨ ਦੇ ਰਹੇ ਨੇ, ਤੋ ਇਹ ਇੱਕ ਫਰਕ ਮੈਨੂੰ ਨਜ਼ਰ ਆਇਆ। ਦੂਸਰਾ, ਮੈਂ ਯੂਨੀਵਰਸਿਟੀ 'ਚ ਉੱਥੇ ਮਤਲਬ ਰਹਿ ਯੂਨੀਵਰਸਿਟੀ ਗੈਸਟ ਹਾਊਸ ਦੇ ਵਿੱਚ, ਅਤੇ ਉੱਥੇ ਵੀ ਮੈਂ ਦੇਖਿਆ ਅਤੇ ਮੈਂ ਸੈਰ ਵੀ ਕਰਦਾ ਸੀਗਾ, ਤੋ ਬੱਚੇ ਉੱਥੇ ਬੈਠੇ ਮਤਲਬ ਗਰੁੱਪ ਕਰਦੇ ਅਤੇ ਪੜ੍ਹਾਈ ਦੀਆਂ ਗੱਲਾਂ ਕਿ ਪੜ੍ਹ ਰਹੇ ਨੇ, ਹਾਂਜੀ, ਜਾਂ ਕਿ ਕੋਈ ਆਪਣੀ ਕੋਈ ਡਿਸਕਸ ਕਰ ਰਹੇ ਨੇ ਮਤਲਬ ਇੱਦਾਂ ਗਰੁੱਪ ਆਫ ਸਟੂਡੈਂਟਸ ਜਿਹੜੇ, ਉਹ ਚੀਜ਼ ਇੱਥੇ ਮਤਲਬ ਮੈਨੂੰ ਬਹੁਤ ਘੱਟ ਨਜ਼ਰ ਆਈ ਹੈ ਕਿ ਬੱਚੇ ਮਤਲਬ ਇੰਨੀ, ਇਹਦਾ ਮਤਲਬ ਉੱਥੇ ਉਹਨਾਂ ਦੀ ਮਤਲਬ ਬੜੀ ਮਤਲਬ ਸਾਡੇ ਨਾਲੋਂ ਜ਼ਿਆਦਾ ਜਿਹੜਾ ਹੈ ਉਹਨਾਂ ਦਾ ਸਮਰਪਣ ਜ਼ਿਆਦਾ, ਮੈਨੂੰ ਇਹ ਲੱਗਿਆ। ਹੁਣ ਮੇਰਾ ਪ੍ਰਭਾਵ ਇਹ ਲਿਆ ਕਿ ਪੰਜਾਬ ਤੁਸੀਂ ਕਹਿੰਦੇ ਫਰਕ ਪੈਂਦਾ। ਬਿਲਕੁਲ, ਤੁਸੀਂ ਹੁਣ ਮੈਂ ਆਉਂਦਾ ਲੈਕਚਰ 'ਤੇ, ਜਿਹੜਾ ਤੁਸੀਂ ਲੈਕਚਰ ਦਿੱਤਾ ਵੀ ਇਸਲਾਮ ਦਾ ਜਿਹੜਾ ਹੈਗਾ ਉਹਦੇ 'ਚ ਜਿਹੜਾ ਸਬਜੈਕਟ ਸੀ ਤੁਹਾਡਾ ਵੀ ਉਹਦੇ ਭਾਰਤ ਨੂੰ ਕੀ ਦੇਣਾ, ਇਹੀ ਸੀ ਮੇਰੇ ਖਿਆਲ ਨੇ। ਅਤੇ ਹੁਣ ਜਦੋਂ ਭਾਰਤ ਦਾ ਮਾਹੌਲ ਜਿਹੜਾ ਬਣਿਆ ਵਾ, ਇੰਡੀਆ ਜਿਹੜਾ ਭਾਰਤ 'ਚ ਬਣ ਰਿਹਾ, ਇੰਡੀਆ ਨੂੰ ਭਾਰਤ ਬਣਾਇਆ ਜਾ ਰਿਹਾ, ਅਤੇ ਘੱਟ ਗਿਣਤੀਆਂ ਜਿਹੜੀਆਂ ਉਹ ਖਾਸ ਕਰਕੇ ਨਿਸ਼ਾਨੇ 'ਤੇ ਵੀ ਹੈਗੀਆਂ ਜਿੱਦਾਂ ਦਾ ਦਿਖ ਰਿਹਾ ਜਾਂ ਸਾਰਾ ਮਾਹੌਲ ਜਿਹਾ ਬਣਦਾ ਜਾ ਰਿਹਾ, ਅਤੇ ਉਹਦੇ ਵਿੱਚ ਇਹੋ ਜਿਹਾ ਲੈਕਚਰ ਦੇਣਾ ਜਾਂ ਲੈਕਚਰ ਦੇ ਵਿੱਚ ਤੁਹਾਡੀ ਕੀ ਤੁਸੀਂ ਕੀ ਥੀਮ ਕੀ ਸੀ, ਥੋੜ੍ਹਾ ਜਿਹਾ ਆਪਾਂ ਦੱਸੀ, ਲੈਕਚਰ ਤਾਂ ਕਾਫੀ ਵੱਡਾ ਸੀ, ਤੁਸੀਂ ਕੀ ਉਹਦੇ 'ਚ ਲੈਕਚਰ 'ਚ ਕਿਹਾ ਤਾਂ ਕਿਵੇਂ? ਮੈਂ ਤਾਂ ਉਹਨਾਂ ਨੂੰ ਦੱਸਿਆ ਵੀ ਇਸਲਾਮ ਨੇ ਸਾਡੇ ਕਿਹੜੀ ਕਿਹੜੀ ਕੋਈ ਚੀਜ਼ ਹੈ, ਤਾਂ ਦੇਖੋ ਬਹੁ ਪੱਖੀ ਦੇਣ ਹੈਗੀ ਹੈ ਇਹਦੇ 'ਚ, ਕੋਈ ਅਸੀਂ ਜਿਹੜਾ ਇਸ ਚੀਜ਼ ਨੂੰ ਨਕਾਰ ਨਹੀਂ ਸਕਦੇ ਕਿ ਦੇਖੋ ਜੀ ਉਹਨਾਂ ਦੇ ਭਾਵੇਂ ਤੁਸੀਂ ਦੇਖੋ ਆਪਾਂ ਡਰੈਸ ਦੇਖ ਲਓ, ਫੂਡ ਦੇਖ ਲਓ, ਖਾਣਾ ਦੇਖ ਲਓ,
खाने के अपना जो तंदूरी उत मतलब उत उन्हों का इनफ्लुएंस ना आया तंदूर आप नान कबाब जड़े फिर जो कई चीज़ा जड़िया ने आप कहते बिरयानी है खुरमा है ड्रैस के भी देखो जी सलवार उन्होंने पग उन्होंने आई है अचकन पाना जो तो मतलब अच्छा फिर इमारत कला देखो तुम है भी इमारतों के गुंबद जोड़े है अच्छा पग उन्होंने पग भी जी है ये भी मतलब ये जी मध्य पूर्व ज ईरान तो ज अरबा के साडे इदा दग नहीं अफगानिस्तान मतलब तुम देखो ना पग भी जी हिंदुस्तान इदा की पग नहीं इन्फ्लुएंस ना आई है कि पग से जी तुम अफगानिस्तान दे देख लो ना जाके उन्होंने जी बहुत साढ़े ना मिलती जुलती है ईरान इन्नी साढ़े बनी पग की गल कर रहे इदा उन्होंने थोड़ा ज्यादा फर्क हों हर चीज़ का लेकिन बहुत ज़्यादा साढ़े नेड़े है पग भी जी कि एक हो गया कि जो ईरान के नाल अमरीका का झगड़ा पियाल तौर पर देखो ना जब ईरान उ अमरीका ना झगड़ा होया तो कई सिखा के उपर अमरीका चो हमले उन्होंने समय ईरानी है क्योंकि उन्होंने पगा उन्होंने लगे पग तो लगे भी तो कहने का मतलब पग भी जी सा जी है यदा भी ओरिजिन जरा है मतलब उन्होंने मतलब जो जाके जुड़ता है देखो मैं जी गल कर चलो कल्चरल तौर पर फिर तुम कानून भी देख लो हिंदुस्तान से तीन चीज़ा कानून के इंसाफ अदालत कानून सब तो ज़्यादा ये वरतिया जाने तिने मतलब वर्ड जड़े ने शब्द जड़े ने इंसाफ अदालत कानून ये भी इस्लाम ने लिया भाषाई तौर उन्होंने है मतलब भी अज भी देखो किन्ने प्रचलित है फिर तुम अच्छा देख लो तो भी अभी बदल जाने हाँ ये मतलब चलो बदलने तो वक्री गल लेकिन अज जो प्रचलित है इदा ही असं हूँ जिमीदारी का साडा जो संबंध है परिवार ना असं जाने अपने तो तुम देखो फर्द कढ़ाने जी पटवारी को फर्द जिन्ने शब्द वरते जा रहे हैं फर्द जमा बंदे है जी फिर कहते वसीका नक्शा है जी सारा मतलब अज भी जो पटवारी ने तो जी शब्दावली भी है फिर वो तो क्या मालिया कहें मालिया जरा ये सारे जो शब्द ने मुगलों का राज भारत के 1200 साल तो कहने का मतलब उन्होंने लिया चीज़ा जीडिया ने कि गल तो है देखो जी मैं उन्होंने कहा कि इस्लाम के राही भारत के जरा वख वख सभ्याचारा का जरा इत अरब का ईरानी सभ्याचार तुर्की का फिर इतने बस नहीं ग्रीस रोमन फिर जो उस तो भी अगर जो कि बिजेंटाइन सभ्याचार से उन्होंने पहले फिर एक बहुत पुराना सभ्याचार मैसोपोटेमिया का सभ्याचार जिन्होंने आप दजला तो फरात कहने लख तो ये सारा जो इन्फ्लुएंस है भावें खाने से भावें इमारत इमारतों के चाहे कला के आर्ट है भी हूँ ये सारा जो इस्लाम राय भारत के आया तो एक जी डाइवर्सिटी हैगी कल्चरल डाइवर्सिटी जी है वो उन्होंने योगदान है और ये जब तुम जिक्र किया कि एक मतलब एक बड़ी वीडी जी समस्या हैगी अज असी जी साडे सामने किसी ना किसी रूप के क्योंकि भारतीय उपमहाद्वीप जरा इंडियन सब कॉन्टीनेंट एक तो कुदरती तौर पर डाइवर्स हैगा भिन्नता वाला है जी क्योंकि इतने वक् वक् जोड़े है जेडे धर्मां दे नाल वक् वक् सभ्याचारां दे नाल वक् वक् कौमां जिहड़ियां वस रही हैं तो एक है कुदरत ने इस नूं जिहड़ा कीता जिहड़ा ना भिन्नता वाला बनाया दूसरा कि जिहड़े इस्लाम दी जिहड़ी बड़ा लंबा समा साडे नाल जिहड़ा इस्लाम ने साडी डाइवर्सिटी नूं होर वधाया भिन्नता उन्होंने बाकी दुनिया के जिहड़े कई सभ्याचारां दीआं जिहड़ा चीज़ां साडे देश च लै आंदे तो हुण असीं मतलब ये जिहड़ी भिन्नता नूं हाँ पक्षी की बजाय हूँ प असं अपने जीवन के सारिया चीज़ा इंजॉय करते हैं खाना ही देख लो जो तंदूर साढ़े चो माइनस करता जाए जड़िया चीज़ा मतलब जो हूँ तुम देखो आप एक चीज़ मैं तुझे हैरान हो गए कि आप सब तो ज़्यादा जो स्नैक कोई खाने तो समोसा है समोसा भी इस्लाम लैके आया पंजाब साडा नहीं है तकनीकी तकनीकी हाँ मतलब असं ये सारी मतलब मेरा कहने का मतलब है कि भिन्नता असी चाहे ड्रैस के सलवार जी है ये इस्लामिक हैगी है साड़ी ड्रैस नहीं है पर यह सारिया चीज़ा असं इंजॉय करते हैं लेकिन मतलब भिन्नता असं अपने जीवन के हाँ पक्षी असं खाना भी तो नान भी इंजॉय करते हैं कबाब भी इंजॉय करते हैं सारिया चीज़ा तो
लेकिन फिर भी असं भिन्नता खत्म कर वाल मतलब बढ़ रहे एक, एक सारता लियाना चाहते हैं तो ये तो गलत है ना। मतलब जी जी चीज़ कुदरती तौर पर भिन्नता है जे साडे जिहड़े खिता है जिहड़ा ये कुदरत ने इहनूं भिन्नता वाला बनाया तो इतिहास ने भिन्नता होर वधाया तो हुण असीं पुट्ठा गेड़ा देना चाहते हैं कि असीं सारयां नूं इको जिहा बनाना चाहते हैं एक यूनिफॉर्मिटी लियाना चाहते तो ये मतलब कुदरत नाल टक्कर लैण वाली गल हो गई ना। तो ये तो बिल्कुल ये तो मैं आपां गल फिर भी करांगे इन्हां विशेयां ते भी गल करांगे। एक गल जिहड़ी है वी तकनीकी पद्धर ते वी इस्लाम जिहड़े हैगे ने जिदा अब्दुल कलाम जी है जिहड़े अपने राष्ट्रपति भी होए उन्होंने जिहड़ी मिसाइल बनाई उहदे विच किड्डा वड्डा योगदान सी तुसीं नहीं तुसीं जो संसार पद्धर ते देखो कि ये चीज़ मेरी किताब सी जिहड़ी क्राइसिस इन सिविलाइजेशन ए सिख परस्पेक्टिव ये अमरीका च किताब लिखी हुई है मैं मतलब 25-30 साल पहला तकरीबन 25 साल पहला आ गई सी किताब तो उहदे च मैं ये चीज़ भी इस्लाम की की देन है ज्ञान दे विच तो असल दे विच अज दी जो मॉडर्न जिहड़ी है जो भी ज्ञान का विकास है उहदे विच इस्लाम की बहुत वड्डी भूमिका है क्योंकि होया की सीगा कि जिहड़ा आपां मध्ययुग कहिंदे आ यूरोप दे विच मिडीवल एज उहनूं असीं अंधकार का युग कहिंदे आ डार्क एजेज कि की सीगा होया की सी कि जिहड़ा यूरोप दे विच रोमन सेंट केंद्र बन गया सी रोम जिहड़ा सारयां तों विकसित सीगा तो रोम दे विच जिहड़ा सब तों वड्डियां लाइब्रेरियां सीगियां कि जिन्ने असीं पुराना ज्ञान सीगा चाहे यूनानियां दा चाहे रोमनां दा सब तो वो सारे जिहड़े सी उत्थे पिए से वर्क जिहड़े ओरिजिनल वर्क है जिहड़े जिहड़े उहनां दे ते जदों रोम दे उपर जिहड़े है जर्मैनिक जिहड़े नॉर्दर्न नॉर्डिक ट्राइब्स जिन्हां नूं कहिंदे आ उन्होंने हमला किया तो उन्होंने सारिया लाइब्रेरियां साड़ दित्तियां है ज्ञान खत्म करता है नहीं तो यूरोप जिहड़ा अंधकार चला गया ता ही इहनूं कहिंदे मिडीवल एज डार्क एजेस ज्ञान ही खत्म करता। लेकिन ज्ञान कित्थों आया फिर वापस एक उहनूं आपां कहिंदे रेनेसेंस यूरोप दे पुनर्जागृति फिर दोबारा इहदा ज्ञान दा आना कौन लैके आया यूरोप दे विच ज्ञान इस्लाम ने लिया किस तरह कि ये जिहड़े वर्क सीगे सारे जिहड़े ग्रीक ते रोमन जो जो पुराना ज्ञान साडे कोल सीगा ये तो सड़ गया लेकिन इस्लामिक स्कॉलरस ने इस नूं अरेबिक दे विच ट्रांसलेट करता से हुण जिन्ना भी साडे कोल हैगा ये रीट्रांसलेट होया उत्तों दोबारा ट्रांसलेशन तो फिर यूरोप दे विच जिहड़ी पहली यूनिवर्सिटी है वो मुसलमानों ने बनाई है स्पेन दे विच कोर्दोवा। अच्छा हुण तुसीं देखो बे जिन्ने यूरोप दे जिहड़े राजे सी बाकी स्पेन ते मुसलमानों का राज सी बाकी तो सारे क्रिश्चियन सीगे लेकिन सारे अपने बच्चे इस्लामिक यूनिवर्सिटी पढ़ाने भेजते सी। एक एक लैटर हैगा इंग्लैंड के बादशाह का जिहड़ा कोई उस स्पेन का जिहड़ा मुसलमान जिहड़ा उत्थों का एडमिनिस्ट्रेटर है उन्होंने कहा कि मैं अपनियां लड़कियां नूं तुहाडे भेजना चाहना मतलब अपने पढ़न वास्ते तो कहने का मतलब इस्लाम की देन सी कि दोबारा यूनिवर्सिटी यूनिवर्सिटी पहले यूरोप से इस्लाम ने बनाई कोर्दोवा स्पेन दे विच तो ज्ञान उत्थों फिर सारे यूरोप फैलिया तो उहदे बेस ते रेनेसेंस आई जिहनूं आपां पुनर्जागृति ज्ञान दोबारा आ गया तो रेनेसेंस दे ज्ञान दे आन नाल फिर यूरोप दे विच आया इंडस्ट्रियल रेवोल्यूशन दस्तकारी इनकलाब तो दस्तकारी इनकलाब तो ही जिहड़ी है अज जिहड़ा यूरोप जिहड़ा जब पछम अगे लंघ गया कि उहनां दी ताकत जिहड़ी है वह तो जे आपां देखिए तो उहदे विच इस्लाम दी किन्नी मतलब देन है कि जे इस्लाम ज्ञान दोबारा ना लिया यूरोप तो यूरोप रेनेसेंस नहीं आनी सी ज्ञान तो विहूणा हो गया सीगा तो उत्थे विकास की होना सी। भारतीय उपमहाद्वीप दी जे गल करिए तो इस्लाम ने 1200 साल इन्हों लुटिया अच्छा इस्लाम ना कहां मैं जेड़ा इस्लाम वो है तो इस्लाम तो ही आंदे सी जेड़े बंदे तो इस्लाम दी यही है दो तरह दी है आपां इस्लाम ने लुटिया भी है लेकिन कुछ जेड़े लोग ने इस्लामिक जेड़े सिखा ना बड़ा संताप हंडाया हिंदुआ ना बड़ा संताप हंडाया ये भी सच है कि जेड़ा इस्लाम दे जेड़ी वो भूमिका भी है कि वो इत्थे इस्लाम दे जेड़े लेकिन कई जेड़े इस्लामिक ने दुख दो तरह दे मुसलमान शासक रहे ने एक तो जेड़े आए जिदा मतलब नादिर शाह आया अहमद शाह अब्दाली आया मुहम्मद गौरी आया वो तो लुटने आए थे लुट के साडे देश नूं लै गए लेकिन कुछ ऐसे ने जिन्होंने इन्हों हिंदुस्तान अपना घर बना के
ਉਹ ਮਤਲਬ ਲੁੱਟ ਕੇ ਲੈ ਕੇ ਨੇ ਉਹ ਤੋਂ ਫਿਰ ਜੋ ਵੀ ਉਹ ਕਹਿੰਦੇ ਹੁਣ ਤਾਂ ਸਾਡਾ ਘਰ ਆ ਵੀ ਇੱਥੇ ਤਾਂ ਆਪਾਂ ਮਤਲਬ ਇਸ ਕਰਕੇ ਸਮੁੱਚੇ ਤੌਰ 'ਤੇ ਸਾਰੇ ਮੁਸਲਮਾਨ ਸ਼ਾਸਕਾਂ ਨੂੰ ਹੁਣ ਜਿਹੜੇ ਸੀਗੇ ਕੁਤਬ ਦੇ ਕੁਤ ਇਹ ਜਿਹੜੇ ਸੀਗੇ ਮਤਲਬ ਜਿਹੜੇ ਖਿਲਜੀ ਸੀ ਅਲਾਉਦੀਨ ਖਿਲਜੀ ਕੁਤਬਦੀਨ ਐਬਕ ਜਿਹਨੇ ਦਿੱਲੀ 'ਚ ਕੁਤਬਦੀਨ ਮਿਨਾਰ ਅੱਛਾ ਫਿਰ ਉਸ ਤੋਂ ਬਾਅਦ ਮੁਗਲ ਆਏ ਤੂੰ ਮੁਗਲ ਤੱਕ ਤਾਂ ਗਏ ਹੀ ਨਹੀਂ ਜੋ ਵੀ ਉਹਨਾਂ ਨੂੰ ਲੁੱਟ ਕੇ ਤਾਂ ਨਹੀਂ ਲਗਾਏ ਉਹ ਤਾਂ ਜੋ ਵੀ ਉਹਨਾਂ ਨੇ ਇੱਥੇ ਹੀ ਜੋ ਉਹਨਾਂ ਨੇ ਉਹ ਕਹੇ ਸਾਡਾ ਘਰ ਹੈ ਹੁਣ ਤੂੰ ਆਪਾਂ ਮਤਲਬ ਸਾਰੇ ਹੁਣ ਜੇ ਆਪਾਂ ਇਹ ਕਹਿ ਦਈਏ ਕਿ ਸਾਰੇ ਹੀ ਮੁਸਲਮਾਨ ਲੁੱਟਣ ਹੀ ਆਏ ਸੀ ਇਹ ਵੀ ਗੱਲ ਠੀਕ ਨਹੀਂ ਕੁਛ ਮੁਸਲਮਾਨਾਂ ਨੇ ਚੰਗਾ ਕੀਤਾ ਕੁਛ ਨੇ ਮਾੜਾ ਕੀਤਾ ਅਤੇ ਆਪਾਂ ਸਾਰਿਆਂ ਨੂੰ ਮਾੜਾ ਨਹੀਂ ਕਹਿ ਸਕਦੇ ਇਕੱਲੇ ਇਕੱਲੇ ਦਾ ਆਪਾਂ ਦੇਖਣਾ ਰੋਲ ਹਾਂ ਆਪਾਂ ਮਤਲਬ ਜੇ ਇੱਕ ਬੰਨੇ ਦੇ ਆਪਾਂ ਦੇਖਦੇ ਹਾਂ ਵੀ ਅਹਿਮਦ ਸ਼ਾਹ ਅਬਦਾਲੀ ਆ ਨਾਦਰ ਸ਼ਾਹ ਅਤੇ ਮਤਲਬ ਮੁਹੰਮਦ ਗੌਰੀ ਆ ਲੁੱਟਣ ਵਾਲੇ ਆ ਦੂਸਰੇ ਪਾਸੇ ਸ਼ਾਹਜਹਾਂ ਆ ਜਿਹਨੇ ਦੇਖੋ ਦਿੱਲੀ 'ਚ ਹੁਣ ਵੀ ਮਤਲਬ ਉਹਨੇ ਕਿੰਨੀਆਂ ਚੀਜ਼ਾਂ ਬਣਵਾਈਆਂ ਨੇ ਮਤਲਬ ਜਿਹੜਾ ਜਾਮਾ ਮਸਜਿਦ ਵੀ ਉਹਦੀ ਬਣਾਈ ਦਿੱਲੀ ਜਿਹੜਾ ਅੱਜ ਦਾ ਦਿੱਲੀ ਹੈ ਹੈ ਇਹ ਸ਼ਾਹਜਹਾਂ ਬਾਦ ਦਿੱਲੀ ਕਈ ਵਾਰੀ ਦਿੱਲੀ ਦਾ ਲਾਲ ਕਿਲ੍ਹਾ ਵੀ ਜਿਹੜਾ ਅੱਜ ਦੇਖੋ ਨਾ ਲਾਲ ਜਿਹੜਾ ਸਾਡਾ ਕੇਂਦਰ ਰਿਹਾ ਹਿੰਦੁਸਤਾਨ ਦਾ ਉਹ ਵੀ ਮੁਗਲਾਂ ਨੇ ਬਣਾਇਆ ਮਤਲਬ ਤੂੰ ਕਹਿਣ ਦਾ ਮਤਲਬ ਕਿ ਸ਼ਾਹਜਹਾਂ ਨੇ ਬਣਾਇਆ ਵੀ ਤੂੰ ਆਪਾਂ ਇਹ ਕਹਿੰਦੇ ਹਾਂ ਕਿ ਇੱਕ ਚੀਜ਼ 'ਤੇ ਸਾਰੇ ਇੱਕ ਰੱਸੇ ਨਾਲ ਸਾਰਿਆਂ ਨੂੰ ਉਹਨੇ ਬੰਨ੍ਹਣਾ ਚਾਹੀਦਾ ਵੀ ਇਸਲਾਮ ਦਾ ਪੋਜ਼ਿਟਿਵ ਰੋਲ ਵੀ ਹੈ ਨੈਗੇਟਿਵ ਰੋਲ ਵੀ ਹੈ ਤਾਂ ਹੁਣ ਆਪਾਂ ਸਾਰਿਆਂ ਨੂੰ ਇਹ ਮਾੜਾ ਕਹਿਣਾ ਸ਼ੁਰੂ ਕਰ ਦਈਏ ਕਿ ਉਹ ਇਹ ਹੁਣ ਇਹ ਇੱਕ ਸਾਡੇ ਰੋਲ ਕਿੰਨਾ ਜੇ ਦੇਖਿਆ ਜਾਵੇ ਪੋਜ਼ਿਟਿਵ ਰੋਲ ਜੇ ਵੱਧ ਆ ਜਾਂ ਘੱਟ ਹੈ ਮੇਰੇ ਹਿਸਾਬ ਨਾਲ ਜ਼ਿਆਦਾ ਓਕੇ ਕਿਉਂਕਿ ਤੁਸੀਂ ਦੇਖੋ ਕਿ ਨਿਰੀ ਇਹ ਨਹੀਂ ਕਿ ਇਸਲਾਮ ਦੀ ਇੱਕ ਹੋਰ ਬੜੀ ਵੱਡੀ ਦੇਣ ਹੈ ਆਪਾਂ ਹੁਣ ਤੁਸੀਂ ਮਤਲਬ ਆਪਾਂ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਹਾਂ ਆਪਾਂ ਹੀ ਦੇਖੀਏ ਕਿ ਸਿੱਖ ਫਿਲੋਸਫੀ ਦਾ ਵਿਕਾਸ ਕਿਸ ਤਰ੍ਹਾਂ ਹੋਇਆ ਮੋਟੇ ਤੌਰ 'ਤੇ ਤਾਂ ਉਹਦੇ 'ਚ ਇਸਲਾਮ ਨੇ ਆ ਕੇ ਜਿਹੜਾ ਭਾਰਤੀ ਜਿਹੜੀ ਅਧਿਆਤਮਿਕਤਾ ਜਾਂ ਇੰਡੀਅਨ ਸਪਿਰਚੁਐਲਿਟੀ ਹੈ ਉਹਨੂੰ ਜਾਂ ਇੰਡੀਅਨ ਫਿਲੋਸਫੀ ਨੂੰ ਪ੍ਰਭਾਵਿਤ ਕੀਤਾ ਤਾਂ ਉਸ ਤੋਂ ਬਾਅਦ ਹੀ ਭਗਤੀ ਮੂਵਮੈਂਟ ਜਿਹੜੀ ਹੈ ਜ਼ੋਰ ਫੜਿਆ ਹਿੰਦੁਸਤਾਨ ਭਗਤ ਕਬੀਰ ਜੀ ਜਾਂ ਜਿਹੜੀ ਮੇਨ ਚੀਜ਼ ਸਾਰਿਆਂ ਤੋਂ ਜ਼ਿਆਦਾ ਜੇ ਆਪਾਂ ਲਈਏ ਭਗਤੀ ਸਭ ਤੋਂ ਜ਼ਿਆਦਾ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਜਦ ਭਗਤ ਕਬੀਰ ਔਰ ਜਿਹੜੇ ਹੈਗੇ ਭਗਤ ਰਵਿਦਾਸ ਜੀ ਉਹਨਾਂ ਸਾਰਿਆਂ ਤੋਂ ਜ਼ਿਆਦਾ ਉਹਨਾਂ ਦੀ ਭੂਮਿਕਾ ਨਜ਼ਰ ਆ ਰਹੀ ਹੈ ਤੁਹਾਨੂੰ ਵੀ ਕੀ ਲੱਗਦਾ ਵੀ ਜਦੋਂ ਹੁਣ ਪਰ ਮੈਂ ਇਹ ਕਹਿੰਦਾ ਕਿ ਇਹ ਜਿਹੜਾ ਨਾ ਜਿਹੜਾ ਭਗਤੀ ਲਹਿਰ ਹੈ ਇਹ ਵੀ ਜਿਹੜਾ ਇਸਲਾਮ ਨੇ ਜਿਹੜਾ ਸਾਡੀ ਸਪਿਰਚੁਐਲਿਟੀ 'ਤੇ ਅਸਰ ਪਾਇਆ ਉਹਦਾ ਪ੍ਰਭਾਵ 'ਚੋਂ ਨਿਕਲੀ ਹੈ ਪਰ ਸਾਡੀ ਸਪਿਰਚੁਐਲਿਟੀ ਨੇ ਜਿਹੜੀ ਸਾਡੀ ਰਵਾਇਤੀ ਜਿਹੜੀ ਰੂਹਾਨੀਅਤ 'ਚ ਉਹਨੇ ਇਸਲਾਮ ਨੂੰ ਵੀ ਪ੍ਰਭਾਵਿਤ ਕੀਤਾ ਤਾਂ ਉਹਦੇ 'ਚੋਂ ਸੂਫੀਵਾਦ ਦਾ ਵਿਕਾਸ ਹੋਇਆ ਸੂਫੀ ਅੱਛਾ ਹੁਣ ਸੂਫੀਵਾਦ ਅਤੇ ਭਗਤੀ ਮਤ ਜਦੋਂ ਉਹਨਾਂ ਦਾ ਸੁਮੇਲ ਹੁੰਦਾ ਤਾਂ ਉਹਦੇ ਵਿੱਚੋਂ ਸਿੱਖ ਫਲਸਫਾ ਨਿਕਲਦਾ ਹੁਣ ਤੁਸੀਂ ਇਹ ਦੇਖੋ ਆਪਾਂ ਦੋ ਤਿੰਨ ਇੱਕ ਤਾਂ ਗੁਰੂ ਗ੍ਰੰਥ ਸਾਹਿਬ 'ਚ ਦੇਖ ਸਕਦੇ ਹਾਂ ਆਪਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿੰਨ ਆ ਜਾਂਦੇ ਨੇ ਤਿੰਨ ਮਤ ਉਹਦੇ 'ਚ ਭਗਤੀ ਮਤ ਹੈ ਉਹਦੇ ਸੂਫੀ ਮਤ ਹੈ ਔਰ ਗੁਰਮਤ ਹੈ ਤਿੰਨੇ ਚੀਜ਼ ਐਲੀਮੈਂਟ ਆਉਂਦੇ ਆ ਤਿੰਨੇ ਅੰਸ਼ ਆਉਂਦੇ ਫਿਰ ਜਿਹੜਾ ਅਸੀਂ ਦੇਖਦੇ ਹਾਂ ਕਿ ਗੁਰਮਤ ਤਾਂ ਮੈਂ ਕਿਹਾ ਸਾਰੇ ਸੂਫੀ ਮਤ ਅਤੇ ਭਗਤੀ ਮਤ ਨੂੰ ਇਕੱਠਾ ਕਰਕੇ ਗੁਰਮਤ ਪਰ ਹੈ ਨਾ ਮਤਲਬ ਇੱਕ ਮਤਲਬ ਭਗਤਾਂ ਦੀ ਵੀ ਬਾਣੀ ਹੈ ਸੂਫੀ ਫਰੀਦ ਜੀ ਦੀ ਵੀ ਬਾਣੀ ਹੈ ਅਤੇ ਗੁਰੂਆਂ ਦੀ ਬਾਣੀ ਆਪਾਂ ਇੱਦਾਂ ਕਹਿ ਲਈਏ ਅੱਛਾ ਤੂੰ ਕਹਿਣ ਦਾ ਮਤਲਬ ਫਿਰ ਅੱਛਾ ਕੀ ਕਿੰਨਾ ਕੁ ਪ੍ਰਭਾਵ ਹੈ ਸਿੱਖਿਜ਼ਮ ਅਤੇ ਇਸਲਾਮ ਦਾ ਕਿ ਜਿਹੜੀ ਹਰਿਮੰਦਰ ਸਾਹਿਬ ਦੀ ਨੀਂਹ ਜਿਹੜੀ ਹੈ ਉਹ ਸਾਈਂ ਮੀਆਂ ਮੀਰ ਤੋਂ ਰਖਾਈ ਗਈ ਹੈ ਤੂੰ ਜ਼ਾਹਰ ਹੈ ਕਿ ਸਾਡੇ ਉਹਨਾਂ ਨਾਲ ਬੜੀ ਉਹਨਾਂ ਦੀ ਬਾਣੀ ਜਿਹੜੀ ਭਗਤ ਬਾਬਾ ਫਰੀਦ ਜੀ ਦੀ ਬਾਣੀ ਹੈ ਅਤੇ ਸਾਡੀ ਨੀਂਹ ਵੀ ਅਸੀਂ ਆਪਣੀ ਹਰਿਮੰਦਰ ਸਾਹਿਬ ਤੋਂ ਉਹਨਾਂ ਨੂੰ ਰਖਾਈ ਦਾ ਮਤਲਬ ਸਾਡੇ ਸੂਫੀ ਜਿਹੜੇ ਮੁਸਲਮਾਨਾਂ ਨਾਲ ਕਾਫੀ ਨੇੜਲਾ ਜਿਹੜਾ ਸੰਬੰਧ ਰਿਹਾ ਬਿਲਕੁਲ ਦੇਖੋ ਉਦੋਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸਾਥੀ ਜਿਹੜੇ ਹਾਂਜੀ ਹਾਂਜੀ ਭਾਈ ਮਰਦਾਨਾ ਜੀ ਹੁਣ ਉਹ ਦੇਖੋ ਨਾ ਤੁਸੀਂ ਅੱਛਾ ਤੁਸੀਂ ਅੱਛਾ ਆਪਾਂ ਇਹੀ ਦੇ ਇਤਿਹਾਸਿਕ ਤੌਰ 'ਤੇ ਦੇਖੋ ਵੀ ਤੁਸੀਂ ਇਹ ਕਹੋ ਮੈਨੂੰ ਤੁਸੀਂ ਕਹੋ ਮੈਨੂੰ ਅਗਰ ਪੁੱਛੋ ਦੇਖੋ ਮੈਂ ਮਾਫ਼ੀ ਮੰਗਦਾ ਕਿ ਮੈਂ ਤਾਂ ਆਪਣੀ ਗੱਲ ਕਰਨ ਜਿੰਨੀ ਮੇਰਾ ਪ੍ਰਭਾਵ ਦੱਸ ਰਿਹਾ ਕਿ ਮੈਨੂੰ ਕੋਈ ਕਵੇ ਕਿ ਗੁਰੂ ਨਾਨਕ ਪਾਤਸ਼ਾਹ ਦਾ ਪਹਿਲਾ ਸਿੱਖ ਕੌਣ ਹੈ ਹਾਂਜੀ ਤਾਂ ਮੈਂ ਕਹਾਂਗਾ ਰਾਏ ਬੁਲਾਰ ਹੈ ਕਿਉਂ ਕਿ ਜਦ ਗੁਰੂ ਨਾਨਕ ਪਾਤਸ਼ਾਹ ਆ ਕੇ ਸੱਚਾ ਸੌਦਾ ਕਰਕੇ ਆਉਂਦੇ ਆ ਜਦੋਂ ਉਹਨਾਂ ਨੂੰ 20 ਰੁਪਏ ਦਿੱਤੇ ਆ ਉਹਨਾਂ ਦੇ ਪਿਤਾ ਜੀ ਨੇ ਅਤੇ ਵਪਾਰਕਾਂ ਨੂੰ 20 ਰੁਪਏ ਉਸ ਵੇਲੇ ਬਹੁਤ ਵੱਡੀ ਰਕਮ ਸੀਗੀ ਅੱਜ ਦੇ 20 ਰੁਪਏ ਦੀ ਗੱਲ ਨਹੀਂ ਹੋ ਰਹੀ ਉਸ ਵੇਲੇ 20 ਰੁਪਏ ਅੱਜ ਸ਼ਾਇਦ ਲੱਖਾਂ ਕਰੋੜਾਂ ਦੇ ਬਰਾਬਰ ਸੀਗੇ ਤਾਂ ਉਹ ਇੱਕ ਵੱਡੀ ਰਕਮ ਸੀ ਅਤੇ ਉਹਨਾਂ ਨੇ ਗੁਰੂ ਸਾਹਿਬ ਨੇ ਕੀ ਕੀਤਾ ਕਿ ਉਹ ਜਿਹੜੇ ਉਹਦੇ ਨਾਲ ਜਿਹੜੇ ਲੋੜਵੰਦਾਂ ਦੀਆਂ ਜਿਹੜੀਆਂ ਲੋੜਾਂ ਪੂਰੀਆਂ ਕੀਤੀਆਂ ਜਿਹੜਾ ਸਰਦੀ ਦਾ ਟਾਈਮ ਜਿਹਨੂੰ ਕੱਪੜੇ ਲੈ ਦਿੱਤੇ ਉਹਨਾਂ ਨੂੰ ਇਹ ਅਤੇ ਜਿਹੜੇ ਭੁੱਖੇ ਸੀਗੇ ਉਹਨਾਂ ਨੂੰ ਉਹਨਾਂ ਖਾਣੇ ਦਾ ਇੰਤਜ਼ਾਮ ਕਰਤਾ ਜਦੋਂ ਫਿਰ ਵਾਪਸ ਆਉਂਦੇ ਨੇ ਅਤੇ ਉਹ
उन्होंने पिता जी खड़े ने तो वह कहें पुछते हैं भी तुम्हें की करके आए हो तो उन्होंने कहा अ सच्चा सौदा कहते आह काम किया जिन्ना सानू इतिहास का पता है कि उन्हें पिता जी बहुत गुस्से हुए हैं बहुत ज़्यादा गुस्से हुए हैं भी तुम्हें पैसा बर्बाद करता लेकिन जोड़ा राय बुलार है ये उतों का शासक से राय भोए द पहला ननकाना साहब का ना राय भोए की तलवंडी से वो शासक से तो वो मतलब उन्हें पिता जी ने समझाया है वो कहें कि तो बहुत वड्डी गल करके ये कहें पैसे का इस तो वधिया मतलब उपयोग की हो सकता जो गुरु साहब ने किया है तो ना सिर्फ उन्हें किया है राय बुलार ने अद्धी वो कहना मैं अपने गुरु नानक पातशाह नूं कहा कि मैं अपनी अद्धी जायदाद जिहड़ी है मेरी भी इस काम च ला दो अच्छा तो मैं कहांगा अज भी जिहड़ी जिहड़ी जमीन जिहड़ी है गुरुद्वारा साहिबान नूं दित्ती गई वो राय बुलार दी दित्ती हुई है तो मेरा मतलब कहने का कि पहला जिहड़ा बंदा जिसने गुरु की सिक्ख्या से चलिया तो मुसलमान है राय बुलार है अच्छा फिर आप अगर कहीए ये मैं अपने मतलब अपने मेरा प्रभाव दस रहा जो किसी मैं ये नहीं कह रहा कि ये ठीक है या गलत मैं तो अपना प्रभाव साझा कर रहा अच्छा फिर जो दूजा जरा मेरा सवाल से जो कहीए कि सब तो महान सिख कौन है तो मैं कहांगा भाई मरदाना जी का क्योंकि भाई मरदाना ने जिदा जो स्थान है वह किसी होर सिख नूं नहीं मिले कि पहली गल कि गुरु साहब के नाल इन्ना समा को किसी होर ने नहीं गुजारिया उन्होंने किसी परिवारक मैंबर ने भी नहीं गुजारिया किसी होर ने सब तो ज़्यादा साथ देने वाले तो दूसरा है कि भाई मरदाना जो एक विलक्षण स्थान है कि गुरु साहब उन्होंने कहते कि मरदाना छेड़ रवाब बाणी आई है कि वो एक गुरु का जो सुनिया है वह एक हिस्सा ने पूरे पूरी तरह एक बाबा अकाल रूप दूजा रबाबी मरदाना ये स्टेटस किसी नहीं मिले किसी सिख को ये स्टेटस नहीं मिले जो भाई मरदाना जी ने मिले कि वो मतलब जो गुरु का सुनिया है वह तो पूरी तरह हिस्सा ने मतलब एक तो ये इस करके मेरा ये प्रभाव है कि पहला जिहड़ा जिहड़ा सिख है गुरु का पहला वो राय बुलार है जो सब तो महान सिख है तो वह भाई मरदाना जी बनते तो दोनों के ने दोनों मुसलमान ने तो इस करके गल ये मतलब धर्मां दी गल नहीं गल तो फिलोसफी दी है गल केड़ा वधा तुहाडे जिहड़ा ना जिसनों तुहाडा जिहड़ा सुनिया है जो गुरु साहब का सुनिया किसनों ज़्यादा प्रभावित कर गया तो ये गल है इत्थे मतलब जिहड़ी है बिल्कुल बिल्कुल सर लास्ट च बस एक ही सवाल हूँ तुम इतने आ गए से जदों तुम लैक्चर दिता उसके बाद जो कहोजा प्रभाव उन्होंने कबूलिया या उत्थे भी उन्होंने कुछ ना कुछ तुहानू कहा होना या कुछ तुम कहते भी उत्थे संवाद करने वास्ते भी कोई आया हाँ जी हाँ जी बहुत ज़्यादा उन्होंने अच्छा लग्या मतलब उन्होंने मैं दस सवाल भी किए कोई हाँ जी सवाल भी किए अच्छा तो मैं उन्होंने दसिया कि देखो जी गुरु ग्रंथ साहब जरा जोड़ा मुसलमान बारे बहुत विस्थार नाल मुसलमान बारे की किदा कौन मुसलमान है किदा का होना चाहिए उन्होंने जोड़े फलसफे उन्होंने नमाजा बारे हर एक चीज़ तो बहुत ही डिटेल बहुत सारे मतलब गुरु ग्रंथ साहब चो मैं तुम्हें मतलब हवाले दे सकता भी कि विस्थार नाल गुरु साहब ने इस लेकिन एक चीज़ जो ना मैं उत्थे भी कोट की मुसलमान कहावन मुश्किल जे होए तो मुसलमान कहावे भी एड्डी वड्डा चीज़ गुरु साहब मुसलमान कहते कि मुसलमान बनना बहुत मुश्किल है पर जे कोई बन सकता है तो बड़ी वड्डी गल है तो इत्थों ही सानू पता लगता भी गुरु साहब इस्लाम बारे की सोच रहे हैं बिल्कुल मैं एक गल याद आ गई अपने पाकिस्तान की कोई है वो डॉक्टर बनी है हुण तो उन्हें भी यही कह गुरु नानक पातशाह नानक सरकार बोलते हैं कहते नानक सरकार ने मैनू मैं उन्होंने जो बाणी पढ़ी मैं सूफी मत से पी एच डी करनी सी मतलब वो एक बड़ी कहानी सी पिछे वो मैं नहीं जाता तो कहते जो मैं गुरु नानक पातशाह की बाणी सूफी मत की बाणी पढ़ते पढ़ते जो मैं गुरु ग्रंथ साहब के भगत कबीर अपने सिख फरीद जी की बाणी पढ़ी तो मैं फिर गुरु नानक पातशाह की भी बाणी पढ़ी नानक सरकार की कहते फिर मैं जो कर मैं अपने फिर गाइड न कहा भी मैं जड़ी है ना पी एच डी ही गुरु नानक की बाणी पर करनी है नानक सरकार की बाणी पर करनी है तो फिर कहते मैं असल च जे मैं मुसलमान मैं जो है तो मैं असल मुसलमान जो बनाया तो उन्होंने गुरु नानक की बाणी ने मैंने सिखाया भी असल मुसलमान होंगे की है यही इस करके ना जो मैं आ दस भी इस्लाम के बारे की है गुरु ग्रंथ साहब मुसलमानों बारे की जोड़ा है लिखा गया है तो
ਉਹਨਾਂ ਨੇ ਮੈਨੂੰ ਇਹ ਕਿਹਾ ਕਿ ਅਗਲਾ ਲੈਕਚਰ ਤੁਸੀਂ ਸਾਡੇ ਇੱਕ ਹੋਰ ਲੈਕਚਰ ਦਿਓ ਇਸੇ ਵਿਸ਼ੇ 'ਤੇ ਵੀ ਗੁਰੂ ਗ੍ਰੰਥ ਸਾਹਿਬ ਬਾਰੇ ਮੁਸਲਮਾਨ ਔਰ ਇਸਲਾਮ ਬਾਰੇ ਕੀ ਕਿਹਾ ਗਿਆ ਇਸ ਵਿਸ਼ੇ 'ਤੇ ਮੈਨੂੰ ਬੁਲਾਇਆ ਜਾਏਗਾ ਫਿਰ ਮਤਲਬ ਜਿਹੜਾ ਉਹ ਚਾਹੁੰਦੇ ਨੇ ਕਿ ਮੈਂ ਆ ਕੇ ਇੱਕ ਲੈਕਚਰ ਦੇਵਾਂ ਚਲ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਆਪਣਾ ਜਿਹੜਾ ਹੈ ਉੱਥੇ ਦਾ ਸਾਰਾ ਆਪਣਾ ਜਿਹੜਾ ਤੁਸੀਂ ਉੱਥੇ ਮਹਿਸੂਸ ਕੀਤਾ ਔਰ ਜੋ ਕਹਿ ਕੇ ਆਏ ਜਾਂ ਉੱਥੇ ਪੰਜਾਬ ਔਰ ਜਿਹੜਾ ਸਾਊਥ ਔਰ ਨੌਰਥ ਜਿਹੜੀ ਹੁਣ ਗੱਲ ਕੀਤੀ ਹੈ ਉਹਦੇ ਬਾਰੇ ਜਿਹੜੀ ਤੁਸੀਂ ਡਿਟੇਲ 'ਚ ਗੱਲ ਕੀਤੀ ਹੈ ਤੁਹਾਡਾ ਬਹੁਤ ਬਹੁਤ ਤੁਹਾਡਾ ਧੰਨਵਾਦ ਤੋ ਕੀਮਤੀ ਸਮਾਂ ਵੀ ਤੁਹਾਡਾ ਵੀ ਤੁਸੀਂ ਵੀ ਅੱਜ ਵੀ ਤੁਸੀਂ ਕਿਤੇ ਜਾਣਾ ਸੀ ਤੁਹਾਡੇ ਤੋਂ ਅਸੀਂ ਸਮਾਂ ਲੈ ਲਿਆ ਤੁਹਾਡੀਆਂ ਜਿਹੜੀ ਵੀਡੀਓ ਪਿੱਛੇ ਆਪਾਂ ਤੁਹਾਡੇ ਨਾਲ ਕਰੀਏ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ ਜਾਂ ਉਹਨਾਂ ਨੇ ਬੜੇ ਵਧੀਆ ਉਹਦੇ 'ਤੇ ਕਮੈਂਟ ਵੀ ਕੀਤੇ ਅਤੇ ਆਪਸ ਦੇ ਵਿੱਚ ਉਹ ਜਿਹੜੀ ਇੱਕ ਵਿਚਾਰ ਚਰਚਾ ਚੱਲ ਰਹੀ ਇੱਕ ਵੱਡੀ ਗੱਲ ਹੈ ਜੇ ਇੱਕ ਸਵਾਲ ਕਰਦਾ ਹੈ ਤੁਹਾਡੇ ਵੱਲੋਂ ਸਵਾਲ ਤਾਂ ਬੋਲਾ ਨਹੀਂ ਜਾਂਦਾ ਪਰ ਆਪਸ ਵੀ ਅੱਜ ਸਵਾਲ ਜਵਾਬ ਉਹ ਬੜਾ ਕਰਦੇ ਕਰਦੇ ਕਾਫੀ ਇੱਕ ਚੰਗੀ ਉਹਨਾਂ ਦੀ ਚੱਲਦੀ ਰਹਿੰਦੀ ਹੈ ਸੋ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਸੋ ਕਿਵੇਂ ਦੀ ਲੱਗੀ ਤੁਹਾਨੂੰ ਇਹ ਵੀਡੀਓ ਤੁਸੀਂ ਆਪਣੇ ਜ਼ਰੂਰ ਕਮੈਂਟ ਕਰਕੇ ਦੱਸਣਾ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕੀ ਸੋਚਦੇ ਹੋ ਤੁਸੀਂ ਪੰਜਾਬ ਔਰ ਸਾਊਥ ਦਾ ਔਰ ਨੌਰਥ ਦਾ ਜਿਹੜਾ ਇਹ ਫਰਕ ਜਿਹੜਾ ਪੈ ਰਿਹਾ ਵੀ ਸਾਊਥ ਜਿਹੜਾ ਅੱਗੇ ਜਾ ਰਿਹਾ ਅਤੇ ਨੌਰਥ ਜਿਹੜਾ ਉਹ ਜਾਂ ਖਾਸ ਕਰਕੇ ਪੰਜਾਬ ਹੈ ਉਹ ਆਪਣੀਆਂ ਜਿੱਥੇ ਉਹ ਹੈਗਾ ਸੀ ਉਸ ਤੋਂ ਕਾਫੀ ਨੀਵਾਂ ਜਾ ਚੁੱਕਿਆ ਹੈ ਜਾਂ ਫਿਰ ਪ੍ਰਵਾਸ ਦਾ ਜਿਹੜਾ ਪ੍ਰਭਾਵ ਜਿਹੜਾ ਪੈ ਰਿਹਾ ਹੈ ਅਤੇ ਜਿਹੜੇ ਆਇਲਸ ਸੈਂਟਰ ਜਿਹੜੇ ਇੱਥੇ ਖੁੱਲ੍ਹ ਰਹੇ ਨੇ ਪ੍ਰਤੀ ਦਿਨ ਇੱਕ ਤੋਂ ਇੱਕ ਅਤੇ ਉਹਦੇ ਨਾਲ ਜਿਹੜਾ ਪੰਜਾਬ 'ਤੇ ਕੀ ਪ੍ਰਭਾਵ ਪੈ ਰਿਹਾ ਅਤੇ ਜਿਹੜੇ ਸਾਡੇ ਪੰਜਾਬੀ ਨੇ ਜਿਹੜੇ ਰੋਜ਼ ਦੇ ਰੋਜ਼ ਬਾਹਰ ਜਾ ਰਹੇ ਨੇ ਅਤੇ ਇਹਦੇ ਨਾਲ ਤੁਸੀਂ ਕੀ ਸੋਚਦੇ ਹੋ ਆਪਣੇ ਜਿਹੜੇ ਵਿਚਾਰ ਤੁਸੀਂ ਜ਼ਰੂਰ ਸਾਨੂੰ ਕਮੈਂਟ ਬੋਕਸ ਵਿੱਚ ਦੱਸੋ ਤੁਸੀਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ